ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇ ਦਰਸ਼ਕਾਂ ਦਾ ਆਪ ਜੀ ਦਾਸ ਗੁਰਪ੍ਰੀਤ ਸਿੰਘ ਕੋਈ ਸਿੱਧੀ ਗੱਲ ਪ੍ਰੋਗਰਾਮ ਚ ਸਵਾਗਤ ਕਰਦਾ ਤੇ ਅੱਜ ਦੇ ਪ੍ਰੋਗਰਾਮ ਚ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਨਵਾਂ ਜੋ ਮੁੱਦਾ ਭਖਦਾ ਜਾ ਰਿਹਾ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ। ਜੀ ਸੰਗਤ ਜੀ, ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ, ਜੋ ਹਰਿਮੰਦਰ ਸਾਹਿਬ ਵਿਖੇ, ਜੋ ਸਿੱਖਾਂ ਦੀ ਇੱਕ ਐਸੀ ਲਾਇਬ੍ਰੇਰੀ ਸੀ ਜਿਹਦੇ ਵਿੱਚ ਸਿੱਖਾਂ ਦਾ ਜਿਹੜਾ ਸਾਰਾ ਖਜ਼ਾਨਾ ਜਿਹੜਾ ਮੌਜੂਦ ਸੀਗਾ, ਉਹਦੇ ਵਿੱਚ ਪੁਰਾਤਨ ਗ੍ਰੰਥ ਸਾਹਿਬ ਮੌਜੂਦ ਸੀਗੇ ਔਰ ਪੁਰਾਤਨ ਬੀੜਾਂ ਉਹਦੇ ਵਿੱਚ ਮੌਜੂਦ ਸੀਗੀਆਂ, ਕਈ ਕਿਤਾਬਾਂ ਉਹਦੇ ਵਿੱਚ ਮੌਜੂਦ ਸੀਗੀਆਂ, ਐਸੇ ਮੈਨੂਸਕ੍ਰਿਪਟਸ ਉੱਥੇ ਵਿੱਚ ਮੌਜੂਦ ਸੀਗੇ ਕਿ ਜਿਹੜੇ ਕਿ ਅਨਮੋਲ ਸੀਗੇ ਔਰ ਰਿਸਰਚ ਵਾਸਤੇ ਇੱਕ ਬਹੁਤ ਵੱਡਾ ਜੋ ਕਿ ਇੱਕ ਪੁਆਇੰਟ ਸਾਡਾ ਬਣ ਸਕਦਾ ਸੀਗਾ, ਇੱਕ ਬੇਸ ਬਣ ਸਕਦਾ ਸੀਗਾ। ਪਰ 1984 ਦੇ ਸ਼੍ਰੀ ਦਰਬਾਰ ਸਾਹਿਬ ਘੱਲੂਘਾਰੇ ਦੇ ਵੇਲੇ ਉਹਨੂੰ ਵੀ ਤਬਾਹ ਕਰ ਦਿੱਤਾ ਗਿਆ ਸੀਗਾ ਭਾਰਤੀ ਫੌਜ ਵੱਲੋਂ, ਜਿਹੜਾ ਹੈਗਾ ਉਹਦੇ ਉੱਪਰ ਵੀ ਜਿਹੜੇ ਹੈਗਾ ਕਿ ਸਾਰਾ ਕਬਜ਼ਾ ਕਰਕੇ ਉਹਦਾ ਜਿਹੜਾ ਸਾਰਾ ਮਟੀਰੀਅਲ ਸੀਗਾ, ਸਾਰੇ ਮੈਨੂਸਕ੍ਰਿਪਟ ਸੀਗੇ ਉਹਨੂੰ ਕਬਜ਼ਾ ਕਰ ਲਿੱਤਾ ਗਿਆ ਸੀਗਾ। ਕਬਜ਼ਾ ਕਰਨ ਦੀ ਮਨਸ਼ਾ ਕੀ ਸੀਗੀ, ਉਹਦਾ ਕਾਰਨ ਅੱਜ ਤੱਕ ਵੀ ਜਿਹੜਾ ਹੈਗਾ ਨਹੀਂ ਸਮਝ ਆਇਆ। ਪਰ ਉਸ ਜੋ ਸਮੱਗਰੀ ਉਹਦੇ ਵਿੱਚ ਸੀਗੀ, ਤਕਰੀਬਨ ਜਿਹੜਾ ਹੈਗਾ ਜੋ ਫੌਜ ਵੱਲੋਂ ਦੱਸਿਆ ਗਿਆ ਕਿ ਉਹਦੇ ਵਿੱਚ ਕਿਹੜੀ ਕਿਹੜੀ ਸਮੱਗਰੀ ਸੀਗੀ, ਆ ਤੁਹਾਨੂੰ ਉਹਦੇ ਨਾਲ ਵੀ ਅਸੀਂ ਜਾਣੂ ਕਰਾਉਂਦੇ ਹਾਂ। ਸਮੱਗਰੀ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ, ਜਿਹਦੇ ਵਿੱਚ ਲਿਖਿਆ ਗਿਆ ਕਿ ਫੌਜ ਨੇ ਜੋ ਕੁਝ 6 ਜੂਨ 1984 ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੈ ਕੇ ਗਈ ਸੀ, ਤਕਰੀਬਨ 125 ਬੋਰੇ ਪੁਸਤਕਾਂ ਦੇ ਜੋ ਕਿ ਖਰੜਿਆਂ ਦੇ ਭਰੇ ਹੋਏ ਸੀਗੇ, ਹੋਰ ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ ਜੋ ਵਾਪਸ ਕਰ ਦਿੱਤੇ ਗਏ ਸੀਗੇ, ਵਾਪਸ ਵੀ ਆਏ ਸੀਗੇ, ਉਸ ਦੇ ਵਿੱਚ ਉਹਨਾਂ ਵੱਲੋਂ 7 ਕਿਸ਼ਤਾਂ ਦੇ ਵਿੱਚ ਜਿਹੜਾ ਸਮਾਨ ਵਾਪਸ ਕੀਤਾ ਸੀਗਾ, ਉਹਦੇ ਵਿੱਚ 10,500 ਕਿਤਾਬਾਂ ਤੇ ਗ੍ਰੰਥ ਉਹਦੇ ਵਿੱਚ ਮੌਜੂਦ ਸੀਗਨ, ਔਰ ਇਹਨਾਂ ਵਿੱਚ ਜੋ ਸੀਗਾ ਅੰਗਰੇਜ਼ੀ ਦੀਆਂ 3,496 ਕਿਤਾਬਾਂ, ਪੰਜਾਬੀ ਦੀਆਂ 4,587 ਅਤੇ ਉਰਦੂ ਦੀਆਂ 1,400 ਅਤੇ ਹਿੰਦੀ ਦੀਆਂ 466 ਕਿਤਾਬਾਂ ਮੌਜੂਦ ਸੀਗੀਆਂ। ਔਰ 11 ਜੂਨ 2000 ਨੂੰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਤਾਂ ਕਮੇਟੀਆਂ ਬਣਾਉਣ ਦਾ ਫੈਸਲਾ ਆਇਆ ਸੀਗਾ, ਤੇ 10 ਸਾਲ ਮਗਰੋਂ ਕਿਸੇ ਕਮੇਟੀ ਦੀ ਰਿਪੋਰਟ ਬਾਹਰ ਵੀ ਨਹੀਂ ਆਈ ਹੈ। ਔਰ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਚੁੱਕੇ ਹੋਏ 185 ਸਰੂਪਾਂ ਵਿੱਚੋਂ ਦਮਦਮੀ ਬੀੜ ਵੀ ਸ਼ਾਮਿਲ ਸੀ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਸ਼ਮ ਪਿਤਾ ਦੇ ਦਸਤਖਤ ਮੌਜੂਦ ਸਨ। ਔਰ ਇਹਨਾਂ ਬੀੜਾਂ ਦੇ 3 ਸਫਿਆਂ ਦੀ ਜਿਹੜੀ ਰਿਪੋਰਟ ਹੈਗੀ ਭਾਈ ਗਿਆਨ ਸਿੰਘ ਨੇ ਤਿਆਰ ਵੀ ਕੀਤੀ ਸੀਗੀ। ਔਰ ਜਿਹੜਾ ਸਮਾਨ ਵਾਪਸ ਕੀਤਾ ਗਿਆ ਉਹ 7 ਕਿਸ਼ਤਾਂ ਦੇ ਵਿੱਚ ਵਾਪਸ ਕੀਤਾ ਗਿਆ। ਆਪਾਂ ਜੇ ਗੱਲ ਕਰੀਏ ਤਾਂ 19 ਸਤੰਬਰ 1984 ਤੋਂ ਲੈ ਕੇ 28 ਦਸੰਬਰ 1990 ਤੱਕ 7 ਕਿਸ਼ਤਾਂ ਦੇ ਵਿੱਚ ਜਿਹੜਾ ਹੈਗਾ ਸਮਾਨ ਜਿਹੜਾ ਵਾਪਸ ਕੀਤਾ ਗਿਆ। ਤਰੀਕਾਂ ਜਿਹੜੀ ਕਿ ਸਕਰੀਨ ਤੇ ਲਿਖੀਆਂ ਵੀ ਹੋਈਆਂ ਨੇ, 7 ਅਲੱਗ-ਅਲੱਗ ਤਰੀਕਾਂ ਦੇ ਵਿੱਚ ਸਮਾਨ ਵਾਪਸ ਵੀ ਕੀਤਾ ਗਿਆ। ਔਰ ਮਾਮਲਾ ਜਿਹੜਾ ਹੈਗਾ ਦੁਬਾਰਾ ਤੂਲ ਫੜਦਾ ਜਾ ਰਿਹਾ ਹੈਗਾ, ਕਿਉਂਕਿ ਇਸ ਮਾਮਲੇ ਦੇ ਵਿੱਚ ਦੇਖਿਆ ਗਿਆ ਕਿ 2009 ਦੇ ਵਿੱਚ ਇਹ ਮਾਮਲਾ ਜਿਹੜਾ ਹੈਗਾ ਇਹ ਮਾਮਲਾ ਜੋ ਬਣਿਆ ਸੀਗਾ ਉਸ ਦੇ ਵਿੱਚ 2009 ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜੇ ਡਾਕਟਰ ਅਨੁਰਾਗ ਸਿੰਘ ਸੀਗੇ, ਜਦੋਂ ਉਹਨਾਂ ਨੂੰ ਜਦੋਂ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਡਾਇਰੈਕਟਰ ਬਣਾਇਆ ਗਿਆ ਸੀਗਾ SGPC ਦੇ ਉਸ ਸਮੇਂ ਦੇ ਪ੍ਰਧਾਨ ਸਰਦਾਰ ਜੋ ਕਿ ਅਵਤਾਰ ਸਿੰਘ ਮੱਕੜ ਸਾਹਿਬ ਨੇ ਜਦੋਂ ਉਹਨਾਂ ਨੂੰ ਜੋ ਕਿ ਉੱਧਰ ਦਾ ਡਾਇਰੈਕਟਰ ਬਣਾਇਆ ਸੀਗਾ, ਉਹਨਾਂ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਨੋਟਿਸ ਦੇ ਵਿੱਚ ਵੀ ਲਿਆਂਦਾ ਗਿਆ ਸੀਗਾ ਕਿ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਸਮਾਨ ਹੈਗਾ ਉਹ ਫੌਜ ਵੱਲੋਂ ਵਾਪਸ ਆ ਚੁੱਕਾ ਹੈਗਾ। ਔਰ ਇਹ ਵੀ ਕਿਹਾ ਗਿਆ ਕਿ ਵੀ ਉੱਧਰ ਦੇ ਉਸ ਸਮੇਂ ਦੇ ਸੈਕਟਰੀ ਨੂੰ ਵੀ ਇਹ ਜਾਣਕਾਰੀ ਦਿੱਤੀ ਗਈ ਸੀਗੀ ਕਿ ਵੀ ਸਰਕਾਰ ਕਹਿ ਰਹੀ ਹੈ ਕਿ CBI ਕੋਲ SGPC ਦੀ ਰਸੀਦ ਹੈਗੀ ਹੈ ਕਿ ਕੋਈ ਵੀ ਹੁਣ SGPC ਦਾ ਕਲੇਮ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮਾਮਲੇ ਦੇ ਉੱਪਰ ਨਹੀਂ ਹੈਗਾ। ਔਰ ਇਹ ਜੋ ਕੀ ਗੱਲਾਂ ਨੇ ਉਹ ਉੱਧਰ ਦੀ ਉਸ ਸਮੇਂ ਦੀ ਜੋ 2009 ਦੀ ਕੁਛ ਅਖਬਾਰਾਂ ਦੇ ਜਿਹੜੇ ਕਿ ਵਿਊਸ ਟ੍ਰਿਬਿਊਨ ਅਖਬਾਰ ਦੇ ਹੋਰ ਕੁਛ ਹੋਰ ਅਖਬਾਰਾਂ ਦੇ ਤੁਹਾਨੂੰ ਕਟਿੰਗ ਵੀ ਜਿਹੜੀ ਹੈਗੀ ਅਸੀਂ ਨਾਲ ਨਾਲ ਜਿਹੜੇ ਹੈਗੇ ਦਿਖਾਉਂਦੇ ਪਏ ਹੈਗੇ, ਜਿਹਦੇ ਵਿੱਚ ਉਹ ਸਾਰੀ ਜੋ ਕਿ ਚੀਜ਼ਾਂ ਦਿਖਦੀਆਂ ਵੀ ਪਈਆਂ ਨੇ। ਔਰ ਪਰ ਕਈ ਇਹਦੇ ਵਿੱਚ ਜਿਹੜੀ ਗੱਲਾਂ ਹੋਰ ਵੀ ਸਾਹਮਣੇ ਆਈ ਹੈ ਕਿ ਜਿਹੜੇ ਸਰੂਪ ਨੇ ਉਹ ਕੁਛ ਸਰੂਪ ਜਿਹੜੇ ਹੈਗੇ ਉਹ ਵੇਚੇ ਗਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੂਪ ਜਿਹੜਾ ਹੈਗਾ ਚਾਰ ਜੋ ਕਿ ਦਸਤਖਤ ਸਰੂਪ ਹੈਗਾ 4,000 ਪਾਉਂਡਸ ਦੇ ਵਿੱਚ ਉਹ ਵੇਚਿਆ ਗਿਆ ਹੈਗਾ। ਔਰ ਉਸ ਤੋਂ ਇਲਾਵਾ ਇਹ ਵੀ ਕਈ ਗੱਲਾਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਜੁੜੀਆਂ ਕੁਛ ਤਸਵੀਰਾਂ ਸੀ ਉਹ ਵੀ ਅਮਰੀਕਾ ਦੇ ਵਿੱਚ ਮਹਿੰਗੀ ਮਹਿੰਗੀ ਦਾਮਾਂ ਦੇ ਉੱਪਰ ਜਿਹੜੀ ਵੇਚੀਆਂ ਗਈਆਂ ਸੀ। ਕੀ ਇਹ ਮਾਮਲਾ ਹੈਗਾ ਕਿ ਉਹ ਦੁਬਾਰਾ ਇਹ ਤੂਲ ਕਿਉਂ ਫੜ ਰਿਹਾ ਹੈ, 35 ਸਾਲਾਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਦਰੁਸਤ ਹੋਈ ਹੈਗੀ ਹੈ। ਨਵੀਂ ਕਮੇਟੀਆਂ ਦੀ ਆਪਾਂ ਗੱਲ ਕਰੇ ਤੇ ਉਹਨਾਂ ਨਾਲ ਗੱਲ ਕਰਦੇ ਕਹਿੰਦੇ ਕਿ ਸਾਨੂੰ ਕੋਈ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਹੈ, ਲੀਡਰਾਂ ਨੂੰ ਵੀ ਜਿਹੜੀ ਹੈਗੀ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈਗੀ ਹੈ। ਜੇ ਰੀਸੈਂਟਲੀ ਸਰਦਾਰ ਮਨਜੀਤ ਸਿੰਘ GK ਜੋ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ, ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦਿੱਲੀ ਦੇ, ਉਹਨਾਂ ਨੇ ਇਸ ਬਾਰੇ ਜੋ ਕਿ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਅਕਾਲੀ ਦਲ ਤੇ ਹੋਰ SGPC ਦੇ ਉੱਪਰ ਸਵਾਲ ਵੀ ਇਹਦੇ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਸੀਗੀ। ਸਵਾਲ ਇਹ ਵੀ ਬਣਦਾ ਕਿ ਜੇ ਅਕਾਲੀ ਦਲ ਦੇ ਹੁਣ ਤੱਕ ਉਹ ਪ੍ਰਧਾਨ ਰਹੇ ਤੇ ਉਹਨਾਂ ਨੂੰ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ ਕਿਉਂ ਨਹੀਂ ਸੀਗੀ।
ਤੇ ਅਕਾਲੀ ਦਲ ਜਿਹੜੀ ਆਪਾਂ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਉਹਨੂੰ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ। ਈਵਨ ਐਸਜੀਪੀਸੀ ਨਾਲ ਵੀ ਜਦੋਂ ਸਵਾਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ 13 ਜੂਨ ਦੀ ਇੱਕ ਮੀਟਿੰਗ ਰੱਖ ਰਹੇ ਹਾਂ ਜਿਹਦੇ ਵਿੱਚ ਸਾਰੇ ਪੁਰਾਣੇ ਜਿਹੜੇ ਜਿਹੜੇ ਸਕਾਲਰਸ ਨੇ ਜਾਂ ਪੁਰਾਣੇ ਜਿਹੜੇ ਇਸ ਲਾਇਬ੍ਰੇਰੀ ਦੇ ਉੱਪਰ ਕੰਮ ਕਰ ਰਹੇ ਸੀ ਉਹਨਾਂ ਨੂੰ ਬੁਲਾ ਕੇ ਜਿਹੜਾ ਹੈਗਾ ਮੀਟਿੰਗ ਕੀਤੀ ਜਾਏਗੀ, ਜਾਣਕਾਰੀ ਇਕੱਠੀ ਕੀਤੀ ਜਾਏਗੀ, ਤਾਂ ਹੀ ਅਸੀਂ ਕੋਈ ਕਮੈਂਟ ਦੇ ਪਾਵਾਂਗੇ। ਯਾਨੀ ਕਿ ਐਸਜੀਪੀਸੀ ਨੂੰ ਵੀ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ ਕਿ ਕੀ ਸਮਾਨ ਆਇਆ ਕੀ ਗਿਆ ਔਰ ਕੀ ਇਹ ਮਾਮਲਾ ਹੈਗਾ। ਸਾਰੇ ਮਾਮਲੇ ਨਾਲ ਤੁਹਾਨੂੰ ਅਸੀਂ ਜੁੜਦੇ ਹੈਗੇ ਆ ਔਰ ਜਿਹੜੇ ਇਸ ਦੇ ਵਿੱਚ ਜਿਹੜੀ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਸਰਦਾਰ ਮਨਜੀਤ ਸਿੰਘ ਜੀਕੇ ਦੇ ਨਾਲ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹੈਗੇ ਆ। ਪਿਛਲੇ 4-5 ਦਿਨ ਤੱਕ ਬਹੁਤ ਵੱਡੀ ਕੰਟਰੋਵਰਸੀ ਸਾਹਮਣੇ ਆਈ ਹੈ ਜਿਹੜੀ ਬਹੁਤ ਮੰਦਭਾਗੀ ਹੈ ਮੈਂ ਸਮਝਦਾ ਕੌਮ ਵਾਸਤੇ, ਗੁਰੂ ਨਾਨਕ ਨਾਮ ਲੇਵਾ ਵਾਸਤੇ ਕਿ ਔਰ ਜਿਹੜੀ ਕੰਟਰੋਵਰਸੀ ਆਈ ਹੈ ਉਹ ਇੱਕ ਹਾਸ਼ੀਆ ਇੱਕ ਇੱਕ ਕੁਐਸਚਨ ਮਾਰਕ ਐਸਜੀਪੀਸੀ ਦੇ ਉੱਤੇ ਲਗਾ ਰਹੀ ਹੈ, ਉਹ ਇੱਕ ਕੁਐਸਚਨ ਮਾਰਕ ਸ਼੍ਰੋਮਣੀ ਅਕਾਲੀ ਦਲ 'ਤੇ ਲਗਾ ਰਹੀ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਕਾਲੀ ਦਲ ਦੇ ਵੱਲੋਂ ਹੀ ਐਸਜੀਪੀਸੀ ਨਿਯੁਕਤ ਹੁੰਦੀ ਹੈ ਇਲੈਕਸ਼ਨਸ ਤੋਂ ਬਾਅਦ। ਮੈਂ ਸਮਝਦਾ ਕਿ ਅੱਗੇ ਅਕਾਲੀ ਦਲ 'ਤੇ ਇਲਜ਼ਾਮ ਲੱਗਦਾ ਸੀਗਾ ਕਿ ਇਹਨਾਂ ਨੇ ਪੰਥ ਵੇਚ ਦਿੱਤਾ, ਲੇਕਿਨ ਅੱਜ ਇੱਕ ਇਲਜ਼ਾਮ ਲੱਗ ਰਿਹਾ ਕਿ ਇਹਨਾਂ ਨੇ ਗ੍ਰੰਥ ਵੀ ਵੇਚ ਦਿੱਤਾ। ਮੈਂ ਸਮਝਦਾ ਇਹ ਬਹੁਤ ਵੱਡੀ ਇੱਕ ਹਾਸ਼ੀਆ ਜਿਹੜਾ ਹੈ ਇਹ ਐਸਜੀਪੀਸੀ ਤੇ ਅਕਾਲੀ ਦਲ ਤੇ ਲੱਗਾ ਔਰ ਇਹਨਾਂ ਨੂੰ ਇਹ ਕਲੀਅਰ ਕਰਨਾ ਬੜਾ ਜ਼ਰੂਰੀ ਹੈ। ਜੇ ਮੈਂ ਇੱਕ ਇੱਕ ਕਰਕੇ ਤੁਹਾਡੇ ਕੋਲ ਡਿਟੇਲ ਚ ਆਵਾਂ ਕਿ 6 ਫਰਵਰੀ 1947 ਨੂੰ ਪ੍ਰੋਫੈਸਰ ਗੰਡਾ ਸਿੰਘ ਔਰ ਸਿੱਖ ਹਿਸਟਰੀ ਸੁਸਾਇਟੀ ਜਿਹੜੀ ਹੈ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਕ੍ਰੀਏਸ਼ਨ ਕਰਦੀ ਹੈ, ਤੋਸ਼ਾਖਾਨਾ ਬਣਾਇਆ ਜਾਂਦਾ ਹੈ, ਸਾਰੇ ਪੁਰਾਣੇ ਸਰੂਪ ਸਾਡਾ ਜਿੰਨਾ ਲਿਟਰੇਚਰ ਹੈ ਸਾਡੇ ਜਿਹੜੇ ਆਰਟੀਫੈਕਟਸ ਨੇ ਉਹ ਸਾਰਾ ਕੁਝ ਸੰਭਾਲਿਆ ਜਾਂਦਾ ਹੈ। ਫਰਵਰੀ 1983 ਇਹ ਨਵੀਂ ਚੀਜ਼ ਮੇਰੇ ਸਾਹਮਣੇ ਵੀ ਆਈ ਹੈ, ਮੈਨੂੰ ਕਿਸੇ ਨੇ ਕਿਹਾ ਇਹਦਾ ਰੈਫਰੈਂਸ ਵੀ ਹੈ, ਉਸਨੂੰ ਜ਼ਰੂਰ ਦੇਖਾਂਗੇ। ਫਰਵਰੀ 1983 ਚ ਇੰਦਰਾ ਗਾਂਧੀ ਚਿੱਠੀ ਲਿਖਦੀ ਹੈ ਸੰਜਣ ਦਇਆਲ ਸਿੰਘ ਪਿੰਡਰਾਲਿਆਂ ਨੂੰ ਕਿ ਉਹ ਜਾਇਜ਼ ਮੰਗਾਂ ਮੰਗਣ ਵਾਸਤੇ ਮੰਨਣ ਵਾਸਤੇ ਤਿਆਰ ਹੈ। ਇਹ ਮੈਂ ਅੱਜ ਤੋਂ ਪਹਿਲੇ ਨਹੀਂ ਸੁਣੀ, ਲੇਕਿਨ ਹੁਣ ਕੁਝ ਫੈਕਟ ਸਾਹਮਣੇ ਆ ਰਹੇ ਨੇ, ਇਹ ਸੰਗਤ ਦੇ ਸਾਹਮਣੇ ਲਿਆਉਣੇ ਜ਼ਰੂਰ ਨੇ ਕਿ ਇਹ ਨਿਕਲਣਗੇ ਔਰ ਇਹ ਸਾਹਮਣੇ ਪਤਾ ਲੱਗੇ। ਜਦੋਂ ਇਹ ਚਿੱਠੀ ਨਿਕਲਦੀ ਹੈ ਅਕਾਲੀ ਦਲ ਨੂੰ ਇਸ ਨਾਲ ਪ੍ਰੋਬਲਮ ਹੁੰਦੀ ਹੈ ਕਿ ਅਕਾਲੀ ਦਲ ਨੂੰ ਨਾ ਰੈਕੋਗਨਾਈਜ਼ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਨੂੰ ਰੈਕੋਗਨਾਈਜ਼ ਕੀਤਾ ਜਾਂਦਾ ਔਰ 83 ਤੋਂ ਬਾਅਦ ਇੱਕ ਮੁਹਿੰਮ ਚੱਲ ਪੈਂਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇੱਕ ਮਾੜੇ ਇਮੇਜ ਉਹਨਾਂ ਦੀ ਕਿੱਦਾਂ ਦਿਖਾਈ ਜਾਵੇ, ਇਹਦੇ ਵਿੱਚ ਕੌਣ ਕੌਣ ਇਨਵੋਲਵ ਨੇ, ਸਰਕਾਰੀ ਪੱਧਰ 'ਤੇ ਕੀ ਹੋਇਆ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੀ ਹੋਇਆ ਜਿਹਨਾਂ ਨੂੰ ਤਕਲੀਫ ਸੀ, ਇਹ ਆਉਣ ਵਾਲਾ ਸਮਾਂ ਦੱਸੇਗਾ। 1984 ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਉਸ ਵੇਲੇ ਐਕਸ਼ਨ ਇੱਕ ਪਾਸੇ ਰਹਿ ਗਿਆ, ਅਕਾਲ ਤਖ਼ਤ ਸਾਹਿਬ ਦਾ ਡੈਮੇਜ, ਦਰਬਾਰ ਸਾਹਿਬ ਦਾ ਡੈਮੇਜ, ਨਜਾਇਜ਼ ਸਿੱਖ ਜਿਹੜੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਏ ਸੀਗੇ, ਬੱਚੇ ਬੀਵੀ ਔਰਤਾਂ ਮਰਦ ਬਜ਼ੁਰਗ ਨੌਜਵਾਨ ਕਿੱਦਾਂ ਉਹਨਾਂ ਦੇ ਕਤਲੇਆਮ ਹੋਏ। ਲੇਕਿਨ ਦੂਜੇ ਪਾਸੇ ਜਿਹੜੀ ਕੰਟਰੋਵਰਸੀ ਹੈ ਉਹ ਇਹ ਆ ਰਹੀ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਬੜਾ ਕੁਛ ਸਮਾਨ ਉੱਥੋਂ ਦੀ ਲਿਜਾਇਆ ਗਿਆ, ਕਈ ਟਰੰਕ ਕਈ ਬੋਰਿਆਂ 'ਚ ਭਰ ਕੇ ਆਰਮੀ ਵੱਲੋਂ ਲਿਜਾਇਆ ਗਿਆ ਔਰ ਉਹਦੇ ਪਿੱਛੇ ਇੱਕ ਮੂਲ ਕਾਰਨ ਇਹ ਵੀ ਦੱਸਿਆ ਜਾ ਰਿਹਾ ਜੀ ਕਿ ਜਿਹੜੀ ਇੰਦਰਾ ਨੇ ਲੈਟਰ ਲਿਖੀ ਸੀ ਉਹਦਾ ਰਿਕਾਰਡ ਨਹੀਂ ਉੱਥੇ ਕੋਈ ਛੱਡਣਾ ਚਾਹ ਰਹੇ ਸੀਗੇ, ਉਹ ਲੈਟਰ ਵੀ ਲੱਭੀ ਜਾ ਰਹੀ ਸੀ, ਤਾਂ ਹੀ ਉਹਨਾਂ ਨੇ ਸੈਂਟਰਲ ਸਿੱਖ ਮਿਊਜ਼ੀਅਮ, ਗੁਰੂ ਰਾਮਦਾਸ ਲਿਟਰੇਚਰ, ਗੁਰੂ ਰਾਮਦਾਸ ਲਾਇਬ੍ਰੇਰੀ, ਤੋਸ਼ਾਖਾਨਾ ਔਰ ਐਸਜੀਪੀਸੀ ਦਾ ਆਫਿਸ, ਟੋਟਲ ਡਾਕੂਮੈਂਟ ਟੋਟਲ ਆਈਟਮਸ ਇਹ ਸਾਰੀਆਂ ਉਹਨਾਂ ਨੇ ਉੱਥੋਂ ਚੁੱਕੀਆਂ। ਉਸ ਵੇਲੇ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਸੀ ਗਿਆਨੀ ਕਿਰਪਾਲ ਸਿੰਘ ਸਨ, ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਸਾਹਿਬ ਸਿੰਘ ਸਨ ਔਰ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ ਇੱਕ ਉਸ ਵੇਲੇ ਆਰਮੀ ਦੇ ਨਾਲ ਜਿਹੜੇ ਸਨ, ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਗਈ ਕਿ ਇਹ ਸਮਾਨ ਨੂੰ ਨਾ ਲਿਜਾਇਆ ਜਾਵੇ। ਇਹ ਅਨਕਨਫਰਮ ਸੋਰਸਿਸ ਨੇ ਕਿ ਕੁਛ ਸਮਾਨ ਸ਼ਾਇਦ ਉਹਨਾਂ ਨੇ ਛੱਡਿਆ ਵੀ, ਲੇਕਿਨ 95% 98% ਸਮਾਨ ਉੱਥੋਂ ਦੀ ਲਿਜਾਇਆ ਗਿਆ। 9 ਜੂਨ 1984 ਨੂੰ ਸਰਦਾਰ ਬੂਟਾ ਸਿੰਘ ਹੋਮ ਮਿਨਿਸਟਰ ਇਹ ਦਾਅਵਾ ਕਰਦੇ ਨੇ ਕਿ 125 ਬੈਗ ਜਿਹੜੇ ਨੇ ਦਿੱਲੀ ਏਅਰਪੋਰਟ 'ਤੇ ਉਤਰੇ ਸਨ ਔਰ ਸਾਰਾ ਰਿਕਾਰਡ ਅਸੀਂ CBI ਨੂੰ ਦੇਤਾ, ਕਿਉਂਕਿ ਕੋਰਟ 'ਚ ਕੇਸ ਸਡੀਸ਼ਨ ਦਾ ਜਿਹੜਾ CBI ਪਰਸੂ ਕਰ ਰਹੀ ਸੀਗੀ। 1990 'ਚ ਆਰਡਰ ਹੁੰਦਾ ਹੈ CBI ਨੂੰ ਕੋਰਟ ਦੁਆਰਾ ਕਿ ਇਹ ਆਈਟਮਾਂ ਜਿਹੜੀਆਂ ਨੇ ਇਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ ਔਰ 1984 ਤੋਂ 1990 ਦੇ ਵਿੱਚ ਕਈ ਇੰਸਟਾਲਮੈਂਟਸ ਦੇ ਵਿੱਚ CBI ਨੇ ਦੱਸਿਆ ਕਿ ਅਸੀਂ ਇਹ ਚੀਜ਼ਾਂ ਵਾਪਸ ਕਰ ਚੁੱਕੇ ਹਾਂ ਔਰ CBI ਕੋਲ SGPC ਦੇ ਅਹੁਦੇਦਾਰਾਂ ਦੀਆਂ ਰਿਸੀਵਿੰਗ ਨੇ ਕਿ ਅਸੀਂ ਇਹ ਸਮਾਨ ਵਾਪਸ ਦੇ ਚੁੱਕੇ ਹਾਂ। ਉਸ ਵੇਲੇ ਸਰ ਮਨਜੀਤ ਸਿੰਘ ਕਲਕੱਤਾ ਸੈਕਟਰੀ ਸੀਗੇ, ਸਰ ਭਾਨ ਸਿੰਘ, ਸਰ ਕੁਲਵੰਤ ਸਿੰਘ ਉਹਨਾਂ ਦੇ ਥੱਲੇ ਇਹ ਮੇਨ ਤੌਰ 'ਤੇ ਬੰਦੇ ਸੀਗੇ ਜਿਹੜੇ ਇਸ ਨੂੰ
उस वेले दे इंचार्ज सीगे। सतनाम सिंह खंडा एक केस फाइल कर देने 2003 दे विच। ओ जड़ा केस फाइल कर देने ओ मांगदे ने कि साडा समान वापस कीता जावे। 2003 दे विच सीबीआई स्टेटमेंट दिंदी है कि असी ये सारा समान जड़ा ये वापस दे चुके। हुण इत्थे सवाल आंदा कि सीबीआई दा एफिडेविट आ रहा कोर्ट च असी समान वापस दे चुके हैं, एसजीपीसी क्यों एक्शन नहीं ले रही, एसजीपीसी क्यों नहीं बोल रही? उसनू काउंटर करना चाहिए सीगा जेड़ा समान आज तो चार दिन पहले साहब सुखबीर सिंह बादल जाके होम मिनिस्टर को डेलीगेशन लेके मंग रहे ने, जेड़े अलग अलग समय से लीडर ने मंगया। मैं जो तो दिल्ली कमेटी का प्रधान बनया मैं चिट्ठी लिखी क्योंकि होम मिनिस्टर उस वेले अरुण जेटली सन, मनु जेटली साहब ने परसनल बुला के आख्या साडे कोल कोई समान नहीं असीं वापस दे चुके। मैं आख्या जे तुहानू आर्मी गलत कह रही है अज भी समान साडा उत्ते कोल, क्योंकि सानू विश्वास सीगा अज साडा ही विश्वास शटर हो गया कि यह समान है कित्थे। मैं समझदा एस जी पी सी क्यों नहीं बोलती। हामिद अंसारी साहब विजिट करते ने दरबार साहब नू और एस जी पी सी मेमोरेंडम दिंदी है कि साडा वाइस प्रेजिडेंट सी हामिद अंसारी उस वेले हिंदुस्तान दे कि साडा समान वापस किया जाए। फिर तुसी एफिडेविट दे रहे हो, सी बी आई तुहानू कोर्ट च कह चुकी है। यह बड़ा इंपॉर्टेंट है जिहड़ा हुण कहण लगा। सर त्रिलोचन सिंह मैंबर राज्यसभा 18 फरवरी 2009 नू राज्यसभा दे विच सवाल चुकते ने कि साडा समान वापस क्यों नहीं दिता जा रहा। इस ते डिबेट होंदी है, डिबेट तो बाद ए के एंटनी जिहड़े उस वेले दे डिफेंस मिनिस्टर सन वो आखते ने 17 पेज की रिपोर्ट पेश होंदी है कि असी ये सारा कुछ वापस दे चुके हैं और एस जी पी सी की साढ़े को रिसीविंग है। मैं समझदा हुण दो गल्लां हो गई, सी बी आई कोर्ट च कह रही है असी समान दे चुके हैं, सरकार 2009 च ए के एंटनी डिफेंस मिनिस्टर कह रहा है कि असी समान दे चुके हैं, तो एस जी पी सी उसनों काउंटर क्यों नहीं कर रही? तुसी जाके प्रेस स्टेटमेंटा दे रहे हो सारे अकाली दल के लीडर, मेरे समेत सारे असी मंगते रहे। मैनू हैरानगी यह है कि मैनू नहीं अज तक पता कि कोई समान कभी कोई वापस भी आया सीगा कि नहीं आया सीगा। उस वेले मक्कड़ साहब प्रधान ने यह 2009 दे विच ही इन्हां नू चिट्ठी सारा अनुराग सिंह लिखते हैं जेडे मैं समझदा कि बुद्धिजीवी ने हिस्टोरियन ने वह चिट्ठियां लिख रहे हैं कि यह समान वापस नहीं आया। इस तो इलावा मक्कड़ साहब का बयान आता है उस वेले और वह आखते ने यह 2009 का ही है कि असी ये खिलाफ एक्शन लवेंगे, असी ये खिलाफ बनती कार्रवाई करांगे, कार्रवाई नहीं हो रही। मैं ये पूछना चाहना कि इन्ना कुछ होने के बावजूद कितने अखबारों च खबर आ रही है कि 12 करोड़ की कोई आइटम वेची गई, कितने आ रहा है कि गुरु दसम पिता का जिहड़ा सेना कह रही है कि असी समान वापस कर दिता है, जिहड़ा एस जी पी सी का रजिस्टर है उसकी डिटेल हैगी है कि इस रजिस्टर के तरतीबवार एंट्रियां ने कि केड़ा केड़ा समान गया, यह एस जी पी सी का रिकॉर्ड बोलता पिया है। और किसी जगह के उत्ते जिहड़ा दसम पिता का हाथ रिख सरूप हैगा सीगा वह दसिया जा रहा है कि यह 4000 पाउंड का किसी जगह पर विकता पिया। हुण मेरी गल यह है कि सर त्रिलोचन सिंह का जो जवाब ए के एंटनी दिंदा साढ़े एडे मैंबर पार्लीमेंटेरियन ने पिछले 35 साल कई जित के आए, तुसी सरकारां च वजीर भी रहे हो, तुसी अज तक यह इशू क्यों पार्लीमेंट च नहीं चुकया? सर त्रिलोचन सिंह तो अकाली दल के मैंबर नहीं सन, लेकिन अकाली दल ने इस इशू क्यों नहीं चुकया अपने तौर पर? तुसी वजीर रहे हो, कभी बरनाला साहब, कभी इतने वजीर साहब सुखबीर सिंह बादल रहे ने, कभी इतने बीबा हरसिमरत जी रहे ने, तुसी अज तक ये क्यों नहीं चुकया कि ये जेडे सरूप ने या साडियां आइटम्स ने सरकार वापस करे? तुसी ए के एंटनी नू काउंटर नहीं करते, तुसी सीबीआई नू काउंटर नहीं करते। अगली गल मैं समझदा बूटा सिंह जी फिर कन्फर्म करते ने कि 29 बैग असी वापस कर दिते ने और जेदे विच 96 जेडे ने वो अज भी नहीं आए। मैं पूछना चाहना जे 96 अज भी नहीं आए क्योंकि 125 का या 100 किन्ने का टोटल गया सीगा, जे 29 स्वरूप वापस आए ने तो बाकी स्वरूपों वास्ते एस जी पी सी क्यों नहीं बोलती पई? ऑन रिकॉर्ड यह आख्या गया कि 205 स्वरूप जेडे पुरातन सन वापस आए ने, ऑन रिकॉर्ड आख्या गया 2 स्वरूप दसम ग्रंथ के वापस आए ने, कई हुक्मनामे वापस आए ने, 44 हुक्मनामे जिन्हें माता सुंदरी जी के हथ लिखा तो हुक्मनामे से वापस नहीं आए। यह गल्लां एस जी पी सी अज तक क्यों सामने नहीं लैके आई?
कि केड़ी चीज़ आ गई केड़ी चीज़ नहीं आई। इस तो इलावा सीबीआई आखदी है फिर एक जगह आके असी 187 बैग जेड़े ने और 4000 आइटमा वापस कर दित्तियां सी। ये सीबीआई दे क्लेम नूं तुसी कोर्ट दे विच सीबीआई दी कोर्ट दे विच कह रही है तुसी 2003-04 दे विच तुसी क्यों नहीं बोलते पए। कई पेंटिंग्स एक स्वरूप जेड़ा जस्सा सिंह रामगढ़िया दे दादा जी ने भाई हरिदास जी ने हाथ नाल लिखिया सीगा उस ते गुरु दसम पिता दे दस्तखत सीगे उह स्वरूप किन्ने दा विकिया उह स्वरूप विच नहीं सी। मेरा सवाल यह है एस जी पी सी अज तक क्यों नहीं बोली कि जिहड़ियां आइटमां वापस आ गईयां सीगियां उन्हां बारे क्यों नहीं बोली। जे आ गईयां सी की तुहाडे कोल है ने कि बारो बार खुरद-बुरद कर दित्तियां गईयां। कई ऐसियां इतिहासिक पेंटिंग सी पुरातन जिहड़ियां रिपेयर होण गईयां वापस नहीं आईयां। मैं समझदा कि बहुत वड्डा सवाल अज एस जी पी सी ते अकाली दल ते सिख पंथ वल्लों ही नहीं गुरु नानक नाम लेवा गुरु नानक पातशाह नूं सिख धर्म नूं बड़े धर्मां दे लोग मानदे ने। मेरी बेनती है एस जी पी सी नूं वाइट पेपर इशू करना चाहिए है। कौन लोग जिम्मेवार ने एस जी पी सी दा केड़ा अहुदेदार केड़ा स्टाफ मैंबर इहदे जिम्मेवार है वह सामने आना चाहिए। मैं 15 दिनां दे अंदर अंदर एक क्रिमिनल कंप्लेट अमृतसर देण लगा वां। हरजिंदर सिंह दलगीर जेडे उस वेले दे सिख रेफरेंस लाइब्रेरी दे डायरेक्टर सीगे क्योंकि सारा कुछ उन्हां दे हुंदे होए होया है और वापस भी उन्हां दे हुंदे आया है उहदा की रोल रहा क्योंकि वह डायरेक्टर सन ही इज आंसरेबल। और बाकी लोग हरजिंदर सिंह दलगीर एंड अदरस भावें एस जी पी सी दे बंदे होण भावें उह स्टाफ दे बंदे होण जां कोई होर ऐसे जेडे इन्हां आइटमां दे विच आर्काइव्स दे विच बाहरले मुल्कां च नजायज़ तौर पर भेजते ने करोड़ों रुपए कमाते ने यह सारा पर्दा फाश होना चाहिए। इसकी कंप्लेंट मैं जरूर देवांगा। मैं तैयार हाँ और मैं अपील करदा सिख जथेबंदियों नूं कि जेड़े भी इस दे विच साडे नाल आना चाहते ने अपने गुरु की धरोहर अपने पंथ की धरोहर जिसनों साडियां जमातों ने खुरद-बुरद कर दिता वो साडे नाल आण असीं इस लड़ाई लड़न नूं तैयार हाँ। मैं जिवें आख्या कि सर हरजिंदर सिंह दलगीर उस वेले डायरेक्टर सीगे उन्हां नूं एंड अदरस उहदे बाद इंक्वायरी दसेगी ना कि एस जी पी सी का केड़ा अफसर या केड़ा अहुदेदार विच इनवॉल्व है या होर केड़ा बंदा इनवॉल्व है यह सारी चीज असी पावांगे। मैं एस जी पी सी दे हले कुछ नहीं कह रहा एस जी पी सी दा मैं वाइट पेपर की वेट कर रहा वा। मैं समझदा एस जी पी सी वाइट पेपर दवे वो बहुत वड्डी संस्था है वो किसी एक बंदे की संस्था नहीं कौम की संस्था है लेकिन मैं समझदा कि गलती की है जेडे बंदे उत्थे बैठे ने और अगर लोड़ पेगी उहदे जेडे भी अहुदेदार साहब होणगे वो सारे इहदे विच लपेटे जाणगे। बिल्कुल श्री अकाल तख्त साहब का तो मैटर है श्री अकाल तख्त साहब नूं ते मैं समझदा हुण तक हुक्मनामा जारी कर देना चाहिए सीगा इहदे उत्ते वाइट पेपर आना चाहिए। बिल्कुल उन्हां सामने भी मंग रखांगा और क्रिमिनल कंप्लेंट भी पावांगा। क्यूरेटर दी पोस्ट कही आ रही कि काफी टाइम तो उत्थे खाली पई और क्यूरेटर ही होंदा जिहड़ा सारा उहनूं चेक कर सकदा सारे जिहड़े जिहड़ा आर्काइव्स हैगे आ ते उहनूं कहे कि पिछले पोस्ट ही खाली पई है कदे देखिया भी नहीं गया उहदे बाद समान। देखो इह ते छोटियां गल्लां ने कोई दफ्तर च बैठा नहीं बैठा किसे दी इंप्लॉयमेंट होई कि नहीं होई इह बड़ियां वड्डियां गल्लां ने। इह देखो ना इह गुरु साहब दे दस्तखत कीता सरूप निकल जाए आर्मी तो समान वापस आ रहा एक दो आइटमां नहीं आईयां कोई सूई नहीं आई जिहड़ी लभी नहीं उत्थे ट्रका दा ट्रक माल वापस आया यह आर्मी कह रही है कि असीं समान वापस दे चुके हैं। इहदी अलग अलग डेटा ने 1984 तो लैके 96 तक एक कई किश्तां दे विच एक कई किश्तां दे विच समान वापस आया सीगा और उहदा सारा रिकॉर्ड 1996 तक। और सब तो वड्डी गल एस जी पी सी दी रिसीविंग है आर्मी कोल आर्मी क्लेम कर रही है नहीं तो मैनू दो दिन पहले पता लग रहा है यह तो दो दिन पहले खबरां सुन के पता लग रहा असीं भी अज तक समझते सी कि मुल्क की सरकार एक आई दूजी गई लेकिन किसी ने साडा समान वापस नहीं किया। साडे एम पी रहे ने पार्लीमेंट च उन्हां सवाल नहीं चुकिया साडे वजीर रहे ने कैबिनेट च भावे हो वाजपाई जी की होवे भावे हुण दी होवे जिहड़ी सरकार रही है मोदी साहब की साडे एम पी साडे मिनिस्टर ने सवाल ही नहीं चुके। मैं यही तो सवाल है
ਇਹ ਪਹਿਲੀ ਦਫਾ ਨਹੀਂ ਗਏ, ਇਸ ਤੋਂ ਪਹਿਲੇ ਵੀ ਕਈ ਦਫਾ ਗਏ। ਹੁਣ ਤੁਸੀਂ ਕਿਉਂ ਜਾ ਰਹੇ ਹੋ ਜਦ ਤੁਹਾਡੇ ਕੋਲ ਸਮਾਨ ਆ ਚੁੱਕਾ? ਇਹ ਕਹੋ ਨਾ ਕਿ ਸਾਡੇ ਕੋਲ ਫਲਾਨੀਆਂ ਆਈਟਮਾਂ ਆ ਚੁੱਕੀਆਂ, ਜਿਹੜੀਆਂ ਨਹੀਂ ਆਈਆਂ ਉਹ ਦਿਓ। ਜਿਹੜੀ ਆਈਟਮਾਂ ਆ ਚੁੱਕੀਆਂ ਨੇ ਉਹ ਕੀ ਤੁਹਾਡੇ ਕੋਲ ਇਨ ਸਟਾਕ ਹੈ ਨੇ? ਕੋਈ ਬਾਰੋ ਬਾਰ ਖੁਰਦ ਬੁਰਦ ਹੋ ਗਈ ਹੈ? ਸਵਾਲ ਤੇ ਇਹ ਹੈ ਕੋਈ ਸਬੂਤ ਹੈ ਕਿ ਸਮਾਨ ਕਿੰਨੇ ਵਿੱਚ ਹੈ? ਸਾਨੂੰ ਕਿੱਦਾਂ, ਸਾਨੂੰ ਤਾਂ ਖਬਰ ਹੀ ਹੁਣ ਪਤਾ ਲੱਗ ਰਹੀ ਹੈ, ਤੇ ਇਨਵੈਸਟੀਗੇਸ਼ਨ ਦਾ ਮਸਲਾ ਹੈ, ਇਨਵੈਸਟੀਗੇਸ਼ਨ ਦੇਖੀਏ ਜੀ। ਇੱਕ ਸਵਾਲ ਹੈ ਵੀ ਤੁਸੀਂ ਕਹਿ ਰਹੇ ਕਿ ਐਂਜੀਨੀਅਰ ਨੇ ਰਿਪੋਰਟ ਦਿੱਤੀ, ਤਰਲੋਚਨ ਸਿੰਘ ਦਾ ਜਵਾਬ ਦਿੱਤਾ, ਲੇਕਿਨ ਕਾਂਗਰਸ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਸੀ। ਸਾਨੂੰ ਲੱਗਦਾ ਸੀ ਕਿ ਕਾਂਗਰਸ ਸਰਕਾਰ ਜਿਹੜੀ ਹੈ ਉਹ ਸਾਰਾ ਕਵਰ ਅਪ ਕਰੇਗੀ। ਮੈਂ ਜਦੋਂ ਪ੍ਰਧਾਨ ਬਣਦਾ ਮੈਂ ਸਿੱਧਾ ਡਿਫੈਂਸ ਮਿਨਿਸਟਰ ਅਰੁਣ ਜੇਟਲੀ ਨੂੰ ਚਿੱਠੀ ਲਿਖਦਾ। ਅਰੁਣ ਜੇਟਲੀ ਇਨ ਪਰਸਨ ਮੈਨੂੰ ਕਹਿੰਦੇ ਨੇ ਸਾਡੇ ਕੋਲ ਕੋਈ ਸਮਾਨ ਨਹੀਂ, ਬਿਲਕੁਲ ਸਾਰਾ ਮੈਂ ਆਰਮੀ ਕੋਲੋਂ ਰਿਕਾਰਡ ਲੈ ਲਿਆ। ਮੈਂ ਜਦੋਂ ਪ੍ਰਧਾਨ ਬਣਿਆ ਸੀਗਾ 2013 ਦੇ ਵਿੱਚ, ਮੇਰੇ ਖਿਆਲ ਮੈਂ 14 ਚ ਲਿਖੀ ਸੀ ਜਦੋਂ ਦੀ ਸਰਕਾਰ ਆਈ ਸੀ, 14 ਜਾਂ 15 ਦੇ ਵਿੱਚ ਲਿਖੀ ਸੀ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕੋਈ ਸਮਾਨ ਨਹੀਂ, ਆਰਮੀ ਨੇ ਕਹਿ ਦਿੱਤਾ ਸਮਾਨ ਵਾਪਸ। ਇਸ ਮਸਲੇ ਤੇ ਮੇਰਾ ਕੰਮ ਨਹੀਂ ਸੀਗਾ, ਮੈਂ ਤੇ ਐਜ਼ ਏ ਜ਼ਿੰਮੇਵਾਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਦ ਹੋਮ ਡਿਫੈਂਸ ਮਿਨਿਸਟਰ ਨੂੰ ਲਿਖਿਆ, ਡਿਫੈਂਸ ਮਿਨਿਸਟਰ ਨੇ ਜਵਾਬ ਦਿੱਤਾ। ਮੈਂ ਸਮਝਦਾ ਕਿ ਮੇਰੇ ਕੋਲ ਤਾਂ ਕੋਈ ਰਿਕਾਰਡ ਹੀ ਨਹੀਂ, ਇਹ ਰਿਕਾਰਡ ਤੇ SGPC ਕੋਲ ਪਿਆ, ਔਰ ਇਹਦੇ 'ਚ ਲਿਸਟ ਹੈ, ਤੁਹਾਨੂੰ ਮੈਂ ਹੁਣੇ ਲਿਸਟ ਦਿਖਾਈ ਹੈ, ਔਰ ਜਿਹੜੀ ਰਜਿਸਟਰ ਦੀ ਸਾਰੀ ਆਈਟਮਾਂ ਉਹਨਾਂ ਨੇ ਵਾਪਸ ਕੀਤੀਆਂ ਨੇ, ਇਹ ਇਹ ਤਰਤੀਬਵਾਦ ਲਿਸਟ ਹੈਗੀ ਹੈ SGPC ਕੋਲ। ਮੈਂ ਸਮਝਦਾ ਕਿ ਇਹਨਾਂ ਨੂੰ ਇਸ 'ਤੇ ਕੌਮ ਨੂੰ ਬੜੇ ਜਵਾਬ ਦੇਣੇ ਪੈਣਗੇ। ਆਉਣ ਵਾਲਾ ਇਹ ਲਿਸਟ ਹੈ, ਇਹ SGPC ਦੀ ਲਿਸਟ ਹੈ ਜੀ। ਇਹ SGPC ਦੇ ਕੋਲ ਸਾਰੀਆਂ ਆਈਟਮਾਂ ਦੀ ਡਿਟੇਲ, ਇਹਨਾਂ ਨੇ ਇਹ ਸਾਰੇ ਰਜਿਸਟਰ ਦੇ ਵਿੱਚ ਐਂਟਰੀਆਂ ਨੇ। ਕਿੰਨੇ ਬੈਗ ਵਾਪਸ ਕੀਤੇ ਨੇ, 4000 ਆਈਟਮਾਂ ਵਾਪਸ ਕੀਤੀਆਂ, 125 ਬੈਗ ਵਾਪਸ ਕੀਤੇ ਨੇ, CBI ਦਾ ਕੋਰਟ ਦੇ ਵਿੱਚ ਬਿਆਨ ਹੈ। ਜੁੜਿਆ ਸਰਦਾਰ ਮਨਜੀਤ ਸਿੰਘ ਜੀ ਦੇ ਨਾਲ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੋ ਭਖਿਆ ਹੋਇਆ ਮੁੱਦਾ ਉਹਦੇ ਬਾਰੇ ਅੱਜ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਫੀ ਜੋ ਜਾਣਕਾਰੀ ਸਾਂਝਾ ਕੀਤੀ ਹੈ GK ਸਾਹਿਬ, ਉਸ ਦੇ ਮੁਤਲਕ ਹੀ ਗੱਲਬਾਤ ਕਰਾਂਗੇ। ਗੁਰਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾਫੀ ਖੁਲਾਸੇ ਤੁਸੀਂ ਅੱਜ ਕੀਤੇ, ਡਿਟੇਲ ਵੱਲ ਨਹੀਂ ਜਾਵਾਂਗੇ, ਗੱਲ ਸਿੱਧੀ ਕਰਾਂਗੇ ਕਿ ਜਦ ਗੱਲ ਆਲਰੇਡੀ 2009 ਦੇ ਵਿੱਚ, ਅੱਜ ਤੋਂ 10 ਸਾਲ ਪਹਿਲੇ ਦੀ ਅਖਬਾਰਾਂ ਦੇ ਵਿੱਚ ਇਹ ਗੱਲ ਬਾਹਰ ਆ ਚੁੱਕੀ ਸੀਗੀ ਕਿ ਵੀ ਡਾਕਟਰ ਅਨੁਰਾਗ ਸਿੰਘ ਜਿਹੜੇ ਫਾਰਮਰ ਡਾਇਰੈਕਟਰ ਨੇ, ਉਹਨਾਂ ਨੇ ਕਹਿ ਦਿੱਤਾ ਕਿ ਕੋਈ ਵੀ ਮੱਕੜ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਦਿੱਤਾ ਕਿ ਵੀ 2009 ਦੇ ਵਿੱਚ ਹੀ ਦੇ ਦਿੱਤਾ, ਅਖਬਾਰਾਂ 'ਚ ਵੀ ਆ ਗਿਆ ਕਿ ਵੀ ਹੁਣ ਕੋਈ ਵੀ ਜਿਹੜੀ ਹੈਗੀ SGPC ਵੱਲੋਂ ਕੋਈ ਕਲੇਮ ਨਹੀਂ ਰਹਿ ਜਾਂਦਾ। ਅਤੇ ਦੂਸਰੀ ਗੱਲ, ਇੱਕ ਐਂਟਨੀ ਸਾਹਿਬ ਵੀ ਜਿਹੜੇ ਉਸ ਸਮੇਂ ਦੇ ਰਕਸ਼ਾ ਮੰਤਰੀ ਸੀਗੇ, ਉਹ ਵੀ ਤਰਲੋਚਨ ਸਿੰਘ ਜੀ ਦੇ ਗੱਲ ਦਾ ਸੰਸ ਪਾਰਲੀਮੈਂਟ 'ਚ ਸਵਾਲ ਕੀਤਾ, ਉਹਦਾ ਜਵਾਬ ਉਹ ਦੇ ਰਹੇ ਨੇ ਕਿ ਵੀ ਹੁਣ ਸਾਡੇ ਕੋਲ ਕੁਛ ਵੀ ਨਹੀਂ ਹੈਗਾ, ਅਤੇ 10 ਸਾਲ ਤੋਂ ਅਕਾਲੀ ਦਲ ਕਿੱਥੇ ਸੀਗਾ? ਕਿ ਅਕਾਲੀ ਦਲ ਇਸ ਦਾ ਜ਼ਿੰਮੇਵਾਰ ਨਹੀਂ ਹੈ? ਤੁਸੀਂ ਅਕਾਲੀ ਦਲ ਸੀਗੇ, ਤੁਸੀਂ ਜ਼ਿੰਮੇਵਾਰ? ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਤੇ ਇੱਕ ਬੜੀ ਸ਼ਰਮਸਾਰ ਗੱਲ ਹੈ ਕਿ ਮੈਂ ਅਕਾਲੀ ਦਲ ਦੇ ਵਿੱਚ ਇੰਨੇ ਸਾਲ ਰਿਹਾ, ਮੈਨੂੰ ਨਹੀਂ ਪਤਾ ਕਿ ਆਈਟਮਾਂ ਵਾਪਸ ਆ ਚੁੱਕੀਆਂ ਨੇ। ਅਖਬਾਰਾਂ ਦੇ ਵਿੱਚ ਆ ਚੁੱਕਾ? ਮੇਰੀ ਨੌਲੇਜ 'ਚ ਨਹੀਂ ਸੀਗਾ। SGPC ਨੂੰ ਇਸ 'ਤੇ ਬੋਲਣਾ ਚਾਹੀਦਾ ਸੀ, ਮੇਰਾ ਇਸ ਬਿਲਕੁਲ SGPC ਦਾ ਰਿਕਾਰਡ ਨਹੀਂ। ਸਗੋਂ ਮੈਂ 2014 ਜਦੋਂ ਪ੍ਰਧਾਨ ਬਣਦਾ, 13 'ਚ ਮੈਂ ਹਿੰਦੁਸਤਾਨ ਦੇ ਡਿਫੈਂਸ ਮਿਨਿਸਟਰ ਅਰੁਣ ਜੇਟਲੀ ਨੂੰ ਲਿਖਦਾ, ਉਹ ਮੈਨੂੰ ਕਹਿੰਦੇ ਨੇ ਕਿ ਸਾਡੇ ਕੋਲ ਤੁਹਾਡੇ ਕੋਈ ਸਮਾਨ ਨਹੀਂ ਪਿਆ। SGPC ਇਹਦੇ 'ਚ ਚੁੱਪ ਕਿਉਂ ਬੈਠੀ ਹੈ? ਸਵਾਲ ਇਹ ਹੈ ਕਿ ਅੱਜ ਇਹ ਸਵਾਲ ਖੜਾ ਹੋਏਗਾ ਅਕਾਲੀ ਦਲ ਦੇ ਉੱਤੇ ਕਿ ਅਕਾਲੀ ਦਲ ਹਮੇਸ਼ਾ SGPC ਤਾਂ ਅਕਾਲੀ ਦਲ ਕੋਲ ਪਿਛਲੇ 60 ਸਾਲਾਂ ਤੋਂ, ਕਿ ਪਹਿਲੇ ਤੁਸੀਂ ਪੰਥ ਵੇਚੇ, ਅੱਜ ਤੁਸੀਂ ਗ੍ਰੰਥ ਵੇਚਤਾ। ਅੱਜ ਸ਼ਿਕਾਇਤ ਇਹ ਹੈ ਕਿ ਜਿਹੜਾ ਅਖਬਾਰਾਂ ਲਿਖ ਰਹੀਆਂ ਨੇ ਕਿਤੇ 12 ਕਰੋੜ ਦਾ ਤੁਸੀਂ ਕੋਈ ਸਮਾਨ ਵੇਚ ਦਿੱਤਾ, ਇਹ ਤੁਸੀਂ ਗੁਰੂ ਦਸਮ ਪਿਤਾ ਦੇ ਦਸਕਤਾ ਵਾਲਾ ਸਰੂਪ 1000 ਪਾਊਂਡ ਦਾ ਤੁਸੀਂ ਵੇਚ ਦਿੱਤਾ। ਕੌਣ ਵੇਚ ਰਿਹਾ? ਇਹੀ ਤਾਂ ਇਨਕੁਆਇਰੀ ਦੀ ਗੱਲ ਹੈ। ਮੈਂ ਪੁਲਿਸ ਦੇ ਵਿੱਚ ਕੰਪਲੇਂਟ ਦੇਣ ਲੱਗਾ ਅੰਮ੍ਰਿਤਸਰ, ਜਿਹੜੇ ਹਰਜਿੰਦਰ ਸਿੰਘ ਦਲਗੀਰ ਨੇ ਉਸ ਵੇਲੇ ਡਾਇਰੈਕਟਰ ਸੀ, ਉਹਨਾਂ ਦੇ ਨਾਂ 'ਤੇ ਐਂਡ ਅਦਰਸ, ਉਹਦੇ SGPC ਦਾ ਸਟਾਫ ਜਾਂ SGPC ਦਾ ਅਹੁਦੇਦਾਰ ਜਾਂ ਜਿਹੜੇ ਦਲਾਲ ਨੇ ਇਹੋ ਜਿਹਾ ਕੰਮ ਕਰਦੇ ਨੇ, ਬਾਹਰ ਆਈਟਮਾਂ ਭੇਜਦੇ ਨੇ ਔਰ ਕਰੋੜਾਂ ਰੁਪਏ ਦਾ ਉਹਦੇ ਵਿੱਚ ਲੈਣ ਦੇਣ ਹੁੰਦਾ। ਮੈਂ ਸਮਝਦਾ ਕੰਪਲੇਂਟ ਦੇਣ ਲੱਗਾ, 15 ਦਿਨ 'ਚ ਮੈਂ ਅੰਮ੍ਰਿਤਸਰ 'ਚ ਕੰਪਲੇਂਟ ਦਿਆਂਗਾ ਕ੍ਰਿਮੀਨਲ। ਔਰ ਮੈਂ ਅਪੀਲ ਕਰਾਂਗਾ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜ਼ਰੂਰ ਇਸ ਦੇ ਉੱਤੇ ਆਉਣ ਔਰ ਇਹਦੇ ਵਿੱਚ ਹਿੱਸਾ ਬਣਨ। ਇੱਕ ਬਹੁਤ ਵੱਡੀ ਸਿੱਖ ਧਰੋਹਰ ਜਿਹੜੀ ਹੈ ਉਸਨੂੰ ਗਾਇਬ ਕੀਤਾ ਗਿਆ। SGPC ਕੋਲ ਸਮਾਨ ਆਉਂਦਾ, ਤੁਸੀਂ ਕਲੇਮ ਕਰਦੀ ਹੈ CBI ਕੋਰਟ ਦੇ ਵਿੱਚ 2091 ਦੇ ਵਿੱਚ ਕਿ ਅਸੀਂ ਸਾਰੀਆਂ ਆਰਡਰ ਦੇ ਹਿਸਾਬ ਨਾਲ ਕੋਰਟ ਦੇ ਸਮਾਨ ਦੇ ਦਿੱਤਾ, ਤੁਸੀਂ ਉਸਨੂੰ ਕਾਊਂਟਰ ਕਿਉਂ ਨਹੀਂ ਕਰਦੇ SGPC? ਸਰ ਤਰਲੋਚਨ ਸਿੰਘ ਸਵਾਲ ਪੁੱਛਦੇ ਨੇ, AK ਐਂਟਨੀ ਜਵਾਬ ਦਿੰਦੇ ਨੇ ਕਿ ਅਸੀਂ ਇਹ ਸਾਰਾ ਕੁਝ 17 ਪੇਜ ਦੀ ਰਿਪੋਰਟ ਹੈ ਕਿ ਅਸੀਂ ਸਾਰਾ ਕੁਝ ਵਾਪਸ ਦੇ ਚੁੱਕੇ ਹਾਂ, ਤੁਸੀਂ ਉਸ ਨੂੰ ਕਿਉਂ ਨਹੀਂ ਕਾਊਂਟਰ ਕਰਦੇ ਪਾਰਲੀਮੈਂਟ 'ਚ? ਤੁਹਾਡੇ MP ਬੈਠੇ ਨੇ, ਤੁਸੀਂ ਵਜ਼ਾਰਤਾਂ ਭੋਗਦੇ ਪਏ ਹੋ ਐਡੇ ਲੰਬੇ ਸਮੇਂ ਤੋਂ, ਤੁਸੀਂ ਕਿਉਂ ਨਹੀਂ ਬੋਲਦੇ ਪਏ? ਠੀਕ ਹੈ ਸਾਹਿਬ, 2009 ਦੇ ਵਿੱਚ SGPC ਨੂੰ ਵੀ ਪਤਾ ਕਿ ਸਾਡਾ ਕੋਈ ਕਲੇਮ ਨਹੀਂ ਰਹਿ ਗਿਆ, ਸਭ ਕੁਝ ਆ ਚੁੱਕਾ ਹੈਗਾ, ਫਿਰ ਵੀ 2018 ਦੇ ਵਿੱਚ ਤਕਰੀਬਨ 9 ਸਾਲਾਂ ਬਾਅਦ ਤਸਵੀਰ ਹੈਗੀ, ਇੱਕ ਸਾਲ ਪਹਿਲੇ ਦੀ ਖਬਰ ਹੈਗੀ, ਅਮਿਤ ਸ਼ਾਹ ਦੇ ਨਾਲ ਹਰਸਿਮਰਤ ਬਾਦਲ ਅਤੇ
सुखबीर बादल साहब मिलते पे है उन्होंने बेनती कर रहे हैं कि वह सिख रेफरेंस लाइब्रेरी का समान वापस दिता जाए जो 2009 के ऑलरेडी एस जी पी सी क्लेम कर चुकी है कि सब कुछ आ गया तो की लगता है अकाली दल की एस जी पी सी आपस तालमेल भी नहीं रह गया फिर इस मीटिंग का की मकसद से मैं समझता वा कि ये सर प्रधान साहब को दसना चाहिए सर सुखबीर सिंह बादल को कि जब एस जी पी सी को समान आ चुका तो उन्होंने नॉलेज नहीं है या उन्होंने तो पहले जो प्रधान रहे अकाली दल के उन्होंने नॉलेज नहीं है सानू तो यह चीज़ नहीं पता से अज भी मंगते पे थे कि हो सकता है कि हले भी समान वापस हो लेकिन जो समान आया कि एस जी पी सी को पिया कि वह एस जी पी सी को समान पिया कि वह समान जरा बहरले मुल्कों के जोड़े तस्कर ने उन्होंने वेच दिता गया करोड़ों रुपए की कीमत लैके तुम सिखा की धरोहर तुम पंथ की धरोहर जी खत्म कर दी है अज इस मुद्दे में तुम जरा काफ़ी एक वड्डी हाइप भी है तो दे रहे हो प्रेस कॉन्फ्रेंस भी कर रहे हो पहले कभी इस पर कोई कदम क्यों नहीं चुकया गया जब तुम 2014 ऑलरेडी तुम कह कि मैं जेटली साहब न लिखिया उन्होंने भी कहता कि कोई रिकॉर्ड नहीं तुम उदो मुद्दा क्यों नहीं चुकया अज अकाली दल तो बाहर हो तो क्यों अकाली दल भंडन वास्ते कर रहे हो मैं जो लिखा है मेरी मंशा की सीगा कि समान वापस आना चाहिए जो मैनू ये खबर मिलती है मैं मैंबर पार्लीमेंट साहब सुखबीर सिंह को बैठे मैं उन्होंने आख्या जी कि वह कह रहे हैं साढ़े कोई समान नहीं है सानू इस पार्लीमेंट के चुकना चाहिए ये पोडियम तो उन्होंने को चुकन का मेरे को तो जिथे से मैं तो चुक लिया लेकिन मैं भी सोचा कि शायद सरकार झूठ बोल रही है मैं जेटली साहब की गल नहीं मनी कि सरकार को समान पिया अज तो सब कुछ सामने आ गया जो मैं सारा कुछ पढ़ता पिया वहाँ अज तो पहले मेरी नॉलेज भी नहीं कि यह समान हैगा और जो सामने आया तो फिर मैं समझता मेरी जिम्मेवारी बनती है एज ए सिख कि लोगों के अगर लैके आवा कंप्लेट जो हो रही है 13 तरीक एक मीटिंग भी हो जा रही है तुम्हें लगता वो कोई सट्टा निकलेगा या तुम्हारी कंप्लेट जो टाइम लिमिट की दे रहे हो नहीं मैं तो टाइम लिमिट की देनी पुलिस को कंप्लेट देनी है बड़ा दिन बाद असी 15 दिन के कंप्लेट दे जा रहे हैं एस जी पी सी मैं अपील करा देखो लौंगोवाल साहब नवे आए हैं लौंगोवाल साहब को चाहिए कि इसते वाइट पेपर जारी करन जो कुछ होया लौंगोवाल साहब तो पहले होया उन्होंने तो ये पार्टी नहीं ने लेकिन वो संस्था के हैड ने अज की डेट से जिम्मेवारी उन्होंने बनती है मैं अकाल तख्त साहब के जथेदार साहब को भी बेनती करा कि इस दे उत्ते वो एस जी पी सी को जरूर जवाब लैन कि यह सारा जोड़ा समान है ये कितने है कि आया और जोड़ा आया है कितने है जोड़ा नहीं आया वो सरकार को क्लेम किया जाए और जे आ चुका तो फिर एस जी पी सी या दिल्ली कमेटी या अकाली दल के प्रधान साहब वो बार बार क्यों मिनिस्टर को जाते कि समान वापस किया जाए ठीक है जी एक वड्डा सवाल है समान 2009 दे विच आ चुका सीगा पर लगता है किसी संस्थावां नूं इसकी जानकारी नहीं सी या गुपचुप तरीके नाल आ गया ताकि अगे उन्हूं अगे दलालां दे राही तस्करी उहदी कीती जावे की है मामला 10 साल बाद फिर है पक्षिया जदों 35 साल हो चुके ने ऑपरेशन ब्ल्यू स्टार दे देखदे आ कि सिख रेफरेंस लाइब्रेरी का जिहड़ी एक अनमोल खजाना से सिखां दा कि उह सिखां तक दोबारा वापस आएगा परतेगा या इसे तरीके शायद दलालां दे तस्करियां दा उह समान बन के रह जाएगा इसे तरीके जोड़दे रहांगे देखदे रहो अकाल चैनल और उस तों इलावा इस मामले सरना धड़े वालों भी प्रेस कॉन्फ्रेंस की गई उन्होंने वालों भी जो कि प्रेस में एक जवाब दिता गया है आओ भी तुम्हें सुना दी गया जो मैं अगर तुम कहा कि सितंबर 1984 समान वापस होया चंद्रशेखर प्राइम मिनिस्टर साहब सन उन्होंने भी समान वापस करवाया डॉक्टर मनमोहन सिंह ने भी समान जोड़ा सी कह के इन्हों करवाया पर पिछले दिनों के बादल दल ने काबज होंदया भी ये बारे संगत को कुछ नहीं दसा भी कि समान आया तो कि रह गया इस गल नहीं दसी हुण श्रोमणी कमेटी ने 13 तरीक नूं अपनी मीटिंग बुलाई है असी उस मीटिंग दे विच इह गल कहना चाहते हाँ कि यह मीटिंग खाली श्रोमणी कमेटी अगर इंपार्शल इनकुआरी चाहती है तो खाली अपने बंदियां दी ना बनावे सिख इंटेलीजेंसिया लुधियाने बैठा है चंडीगढ़ बैठा है और ना कहणगे असी दे देंगे उन्हां दे आधार ते उन्हां नूं भी शामिल किया जाए और इनकुआरी करके संगत दे सामने दस्या जाए भी कित्थे की होया दसना चाहिए उन्हां नूं देखो दस्तावेज तो जेडे भी किसी रेफरेंस लाइब्रेरी दस्तावेज पे किताबा पे सारे बहुत है सन एक खजाना तो गुरु साहबान तो जरा श्रोमणी कमेटी की रेफरेंस लाइब्रेरी च पाया होया सी ये तो है ही सी हुण खबर है कि गुरु ग्रंथ साहब की जी अदखत भीड़ सी जी पहली जिथे दसम पातशाह दस्खत सन वह भी गायब है बिल्कुल बहुत बेकीमती जड़िया पेंटिंग सन वह कौन नहीं है इस वास्ते की वापस किया कि नहीं किया एक गल होर भी सामने आ गई जी कल किसी हिस्टोरियन को मैं पूछी है दविंदर सिंह बेदी सिख रेफरेंस लाइब्रेरी का करता धरता से उत्थे उसने कहा जी 6 तरीक रात को मैं उत्थे छड़ के गया कोई अग नहीं सी लगी 7 तरीक न अग लगी है जब मैं आर्मी ने बुलाया तो उन्होंने कहा जी दसो जी की है इन्होंने कहा जी ए देख लो उत्थे तो कुछ भी नहीं सन सारा जड़ा रिकॉर्ड रूम से उत्ते सड़िया होया सी
ਈਵਨ ਜਿਹੜੇ ਇੱਥੇ ਰੱਖੇ ਹੁੰਦੇ ਸੀ ਉਹ ਲੋਹੇ ਦੇ ਸਨ, ਉਹ ਵੀ ਪਿਘਲੇ ਹੋਏ ਸਨ। ਨਾਲ ਦੇ ਕਮਰਿਆਂ ਦਾ ਜਿਹੜਾ ਸਮਾਨ ਸੀ ਉਹ ਕਹਿੰਦਾ ਉਹ ਬਚਿਆ ਹੋਇਆ ਸੀ। ਕਹਿੰਦੇ 2 ਮਹੀਨੇ ਬਾਅਦ ਫਿਰ ਮੈਂ ਆਰਮੀ ਨੇ ਬੁਲਾਇਆ ਵੀ ਇਹ ਲੈ ਲਓ ਜੀ ਲਿਖ ਕੇ ਦਿਓ। ਉਹਨੇ ਕਹਿੰਦਾ ਰਿਸੀਵ ਦਿਸ ਵਿਦ ਐਸ਼ਿਸ। ਇਸ ਵਾਸਤੇ ਇਹ ਬੜਾ ਗੰਭੀਰ ਮਸਲਾ ਹੈਗਾ, ਪਰ ਕਿਉਂਕਿ ਰਿਕਾਰਡ ਹੈ, ਆਰਮੀ ਕੋਲ ਰਿਕਾਰਡ ਹੈ, ਗੌਰਮੈਂਟ ਆਫ ਇੰਡੀਆ ਕੋਲ ਰਿਕਾਰਡ ਹੈ ਕਿ ਉਹਨਾਂ ਨੇ ਸਮਾਨ ਵਾਪਸ ਕੀਤਾ, ਕਿਹੜਾ ਸਮਾਨ ਵਾਪਸ ਕੀਤਾ, ਕਿਹੜਾ ਸੜਿਆ, ਇਹਦੀ ਇਨਕੁਆਇਰੀ ਸ਼੍ਰੋਮਣੀ ਕਮੇਟੀ ਬਣਾ ਰਹੀ ਹੈ, ਉਹਨੂੰ ਬਣਾਉਣਾ ਚਾਹੀਦਾ। ਦੇਖੋ ਜੀ, ਜੇ ਸਮਾਨ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ, ਇਹਦਾ ਮਤਲਬ ਖੁਰਦਬੁਰਦ ਹੋ ਗਿਆ। ਅਤੇ ਜੇ ਸਮਾਨ ਵਿਕਿਆ, ਕੋਈ ਵੀ ਸ਼੍ਰੋਮਣੀ ਕਮੇਟੀ ਅਤੇ ਹੁਣ ਦਿੱਲੀ ਕਮੇਟੀ ਦੇ ਉਹ ਕਾਗਜ਼ ਨੇ, ਬਗੈਰ ਬਾਦਲਾਂ ਦੀ ਮਰਜ਼ੀ ਦੇ ਕੋਈ ਸਮਾਨ ਖੁਰਦਬੁਰਦ ਨਹੀਂ ਹੋ ਸਕਦਾ, ਕੋਈ ਵੇਚ ਨਹੀਂ ਸਕਦਾ, ਕਿਸੇ 'ਚ ਕੋਈ ਤਾਕਤ ਨਹੀਂ। ਜੇ ਇਹ ਹੁਕਮ ਹੋਇਆ, ਉਹਦੇ ਕਸੂਰਵਾਰ ਪਿਓ ਪੁੱਤਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਹ ਹੈਗੇ। ਦੇਖੋ ਜੀ, ਜੇ ਮੰਗ ਕੀਤੀ ਉਹਨਾਂ ਨੇ ਹੋਮ ਮਿਨਿਸਟਰ ਕੋਲ, ਤਾਂ ਦੇਰ ਇਜ਼ ਸਮਥਿੰਗ ਫਿਸ਼ੀ, ਤਾਂ ਇਸ ਸਾਰੇ ਮਸਲੇ ਦੇ ਵਿੱਚ ਕੁਝ ਨਾ ਕੁਝ ਹੈ, ਕਿਉਂਕਿ ਇਸ ਕਰਕੇ ਸਮਾਨ ਮੰਗ ਰਹੇ ਨੇ, ਕਿਉਂਕਿ ਕੱਲ੍ਹ ਸ਼ੱਕ ਦੀ ਸੂਈ ਉਹਨਾਂ ਦੇ ਨਾਂ ਪਾ ਗਿਆ ਵੀ ਅਸੀਂ ਤਾਂ ਮੰਗ ਕਰਦੇ ਨੇ ਸਮਾਨ ਦਿਓ, ਸਮਾਨ ਦਿਓ। ਜੇ ਸਮਾਨ ਮਿਲਿਆ ਹੋਇਆ, ਫਿਰ ਉਹਨਾਂ ਦੀ ਮੰਗ ਦੇ ਵਿੱਚ ਦਮ ਨਹੀਂ ਹੈਗਾ। ਫਿਰ ਇਹਦਾ ਮਤਲਬ ਜੋ ਤੁਸੀਂ ਕਹਿ ਰਹੇ ਹੋ, ਰੱਬ ਨਾ ਕਰੇ ਉਹ ਸੱਚ ਹੋਵੇ, ਤਾਂ ਬੜੀ ਗੰਭੀਰ ਗੱਲ ਹੈਗੀ। ਉਹ ਤਾਂ ਦਿੱਲੀ ਕਮੇਟੀ ਨਾਲੋਂ ਵੱਡਾ ਘੁਟਾਲਾ ਹੈਗਾ ਉਹ ਪਿੰਡ ਦਾ। ਦੇਖੋ ਗੱਲ ਹੈਗੀ ਜੀ, ਮੈਂ ਆਲਰੇਡੀ ਇਸ ਮਸਲੇ ਬਾਰੇ ਜਿਹੜਾ ਸਿੱਖ ਕੌਮ ਦੇ ਇੰਟੈਲੀਜੈਂਸੀ ਹੈਗੇ, ਬੁੱਧੀਜੀਵੀ ਹੈਗੇ, ਹਿਸਟੋਰੀਅਨ, ਉਹਨਾਂ ਨਾਲ ਗੱਲ ਕਰ ਬੈਠਿਆ। ਅਗਲੇ 2-3 ਦਿਨਾਂ ਦੇ ਵਿੱਚ ਜਦ ਹੋਰ ਨਿਖਰ ਕੇ ਗੱਲ ਸਾਹਮਣੇ ਆਏਗੀ, ਅਸੀਂ ਉਹਨਾਂ ਨਾਲ ਬੈਠ ਕੇ, ਜਿਹਦੇ ਸਰਦਾਰ ਗੁਰਤੇਜ ਸਿੰਘ ਸ਼ਾਮਿਲ ਹੋਣਗੇ, ਗੁਰਦਰਸ਼ਨ ਸਿੰਘ ਢਿੱਲੋਂ ਸ਼ਾਮਿਲ ਹੋਣਗੇ, ਉਹ ਗੱਲ ਨਹੀਂ ਕਰ ਰਹੇ, ਉਹ ਵਾਲੀ ਗੱਲ ਕਰ ਰਹੇ ਨਾ, ਅਸੀਂ ਫਿਰ ਉਸ ਤੋਂ ਬਾਅਦ ਉਹ ਜੋ ਦੱਸਣਗੇ ਅਸੀਂ ਫਿਰ ਮੁਕੱਦਮਾ ਪਾਵਾਂਗੇ। ਸੰਗਤ ਜੀ, ਇਸ ਟਾਈਮ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ, ਜੋ ਕਾਲ ਤੇ ਸਾਡੇ ਨਾਲ ਮੌਜੂਦ ਨੇ, ਸਰਦਾਰ ਅਵਤਾਰ ਸਿੰਘ ਮੱਕੜ ਸਾਹਿਬ, ਜੋ ਕਿ ਐਕਸ ਪ੍ਰੈਜ਼ੀਡੈਂਟ ਨੇ SGPC ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸਾਡੇ ਨਾਲ ਮੱਕੜ ਸਾਹਿਬ ਜੁੜੇ ਨੇ। ਮੱਕੜ ਸਾਹਿਬ, ਗੁਰਫਤਿਹ ਦੇ ਸਾਂਝ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਵਾਗਤ ਕਰਦੇ ਆ ਜੀ ਤੁਹਾਡਾ ਅਕਾਲ ਚੈਨਲ ਤੇ। ਜਾਣਨਾ ਚਾਹਾਂਗੇ ਜੀ ਮੱਕੜ ਸਾਹਿਬ, ਜੋ ਕਿ ਇੱਕ ਮਾਮਲਾ ਜੋ ਕਿ ਕਾਫੀ ਚਿਰ ਤੋਂ ਜੋ ਪੱਕਣਾ ਸ਼ੁਰੂ ਹੋ ਚੁੱਕਾ ਹੈ, 10 ਸਾਲ ਪਹਿਲੇ ਵੀ ਉਹਦੀ ਗੱਲ ਚੱਲੀ ਸੀਗੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈਗੀ ਆ ਉਹਦਾ ਸਮਾਨ ਜਿਹੜਾ ਹੈਗਾ ਉਹ ਵਾਪਸ 2009 ਦੇ ਵਿੱਚ ਆਲਰੇਡੀ ਆ ਚੁੱਕਾ ਹੈ, ਔਰ ਅਖਬਾਰਾਂ ਦੇ ਵਿੱਚ ਬਿਆਨ ਹੈ ਕਿ ਵੀ ਉਸ ਸਮੇਂ ਡਾਕਟਰ ਅਨੁਰਾਗ ਸਿੰਘ ਨੇ ਤੁਹਾਨੂੰ ਜਿਹੜਾ ਹੈਗਾ ਇੱਕ ਨੋਟੀਫਿਕੇਸ਼ਨ ਦੇ ਦਿੱਤਾ ਸੀਗਾ ਕਿ ਵੀ ਕੋਈ ਵੀ ਕਲੇਮ ਹੁਣ SGPC ਦਾ ਆਰਮੀ ਤੇ ਨਹੀਂ ਹੈਗਾ। ਇਸ ਮਾਮਲੇ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ ਜੀ, ਕੀ ਹੈ ਮਾਮਲਾ ਜੀ? ਦੇਖੋ, ਅਨੁਰਾਗ ਸਿੰਘ ਨੂੰ ਮੈਂ ਡਾਇਰੈਕਟਰ ਲਾਇਆ ਸੀਗਾ। ਹਾਂਜੀ, ਲੇਕਿਨ ਇਹ ਜਿਹੜੀ ਉਹਨਾਂ ਨੇ ਗੱਲ ਦੱਸੀ ਆ ਨਾ, ਇਹ ਮੇਰੇ ਤੋਂ ਪਹਿਲੇ ਟੈਨਿਓਰ ਦੀ ਹੈ। ਅੱਛਾ ਜੀ। ਮੇਰੇ ਟੈਨਿਓਰ ਵਰਕ ਨਹੀਂ ਹੋਇਆ ਨਾਲ, ਮੈਂ ਕਿਉਂਕਿ ਮੈਂ 2005 ਤੋਂ ਟੇਕ ਓਵਰ ਕੀਤਾ, ਔਰ ਇਹ ਰੈਫਰੈਂਸ ਲਾਇਬ੍ਰੇਰੀ ਕਿਉਂਕਿ ਮੈਂ 2005 ਤੋਂ ਲੈ ਕੇ ਹਰ ਸਾਲ 2-3 ਵਾਰੀ ਮੈਂ ਇਹਦੇ ਬਾਰੇ ਚਿੱਠੀ ਪੱਤਰ ਕਰਦਾ ਰਿਹਾ। ਇੱਕ ਵਾਰੀ ਡਿਫੈਂਸ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਜਵਾਬ ਦਿੱਤਾ ਸੀ ਕਿ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਜਿਹੜਾ ਉਹ ਅਸੀਂ ਵਾਪਸ ਕਰ ਚੁੱਕੇ ਹਾਂ, ਔਰ ਮੈਂ ਉਹਨੂੰ ਕਾਊਂਟਰ ਕੀਤਾ ਸੀ ਕਿ ਪਾਰਲੀਮੈਂਟ ਦੇ ਪਵਿੱਤਰ ਸਦਨ ਦੇ ਵਿੱਚ ਖਲੋ ਕੇ ਡਿਫੈਂਸ ਮਿਨਿਸਟਰ ਨੇ ਇਹ ਜਿਹੜੀ ਗਲਤ ਬਿਆਨੀ ਕੀਤੀ ਹੈ ਕਿ ਅਸੀਂ ਦੇਤਾ, ਉਹ ਗਲਤ ਹੈ, ਝੂਠ ਹੈ, ਸਾਨੂੰ ਉਹਦੇ ਸਬੂਤ ਦਿਓ। ਹਾਂਜੀ, ਤੇ ਉਸ ਤੋਂ ਬਾਅਦ ਦੀ ਗੱਲ ਹੈ, ਮੈਂ ਉਸ ਤੋਂ ਪਹਿਲਾਂ ਵੀ ਗੱਲ ਹੈ ਕਿ ਉਹ ਵਾਪਸ ਆ ਚੁੱਕਾ ਸੀਗਾ, ਤੇ ਔਰ ਉਸ ਤੋਂ ਬਾਅਦ ਜੋ ਕੁਛ ਹੋਇਆ ਹੋਇਆ, ਮੇਰੇ ਟੈਨਿਓਰ ਦੇ ਵਿੱਚ ਕੋਈ ਐਸੀ ਗੱਲ ਨਹੀਂ, ਮੈਂ ਤਾਂ ਕਿਸੇ ਬੰਦੇ ਨੂੰ ਛੱਡਿਆ ਨੀ ਅੱਜ ਤੱਕ, ਮੇਰੇ ਨੋਟਿਸ ਤੋਂ ਬਗੈਰ ਤੋਂ ਪਤਾ ਨੀ ਸੀ ਹੁੰਦਾ। ਨਹੀਂ, ਤੁਸੀਂ ਕਹਿੰਦੇ ਕਿ 2005 ਤੋਂ ਬਾਅਦ ਤੁਸੀਂ ਆ ਚੋ ਕਿ ਮਾਮਲਾ ਜਿਹੜਾ ਹੈਗਾ ਤੇ 2009 ਦਾ ਆ ਰਿਹਾ ਕਿ 2009 ਦੇ ਵਿੱਚ ਹੀ ਜਿਹੜੀ ਡਾਕਟਰ ਅਨੁਰਾਗ ਸਿੰਘ ਨੇ ਤੁਹਾਨੂੰ ਜਿਹੜਾ ਹੈਗਾ ਇੱਕ ਨੋਟੀਫਿਕੇਸ਼ਨ ਦਿੱਤੀ ਹੈ। ਇੱਕ ਅਖਬਾਰ ਦਾ ਬਿਆਨ ਮੈਂ ਪੜ੍ਹ ਰਿਹਾ ਹੋਰ ਜਿਹਦੇ ਵਿੱਚ ਦੱਸਿਆ ਕਿ ਵੀ SGPC ਦੀ ਸਰਕਾਰ ਨੇ ਇੱਕ ਲੈਟਰ ਵੀ ਦਿੱਤੀ ਹੈ, ਰਿਸੀਵਿੰਗ ਦਿੱਤੀ ਹੈ ਕਿ ਜਿਹਦੇ ਵਿੱਚ SGPC ਦਾ ਕੋਈ ਕਲੇਮ ਨਹੀਂ ਰਹਿ ਗਿਆ। ਕੀ SGPC ਨੇ ਐਸੀ ਕੋਈ ਲੈਟਰ ਸਰਕਾਰ ਨੂੰ ਦਿੱਤੀ ਹੈ?
ਮੇਰੀ ਸੁਣੋ ਬੇਨਤੀ, ਮੈਂ ਤੁਹਾਨੂੰ ਕਹਿ ਰਿਹਾ ਨਾ, ਅਨੁਰਾਗ ਸਿੰਘ ਨੂੰ ਮੈਂ ਡਾਇਰੈਕਟਰ ਲਾਇਆ ਸੀ ਔਰ ਡਾਇਰੈਕਟਰ ਲਾ ਕੇ ਓਹਦੇ ਤੋਂ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਸਹੀ ਤਾਣੀਆਂ ਦੇ ਮਾਮਲੇ ਚ ਕੋਈ ਫਰਕ ਪੈ ਗਿਆ ਸਰ ਆਪਣਾ ਆਪਸ ਦੇ ਵਿਚ ਲੀਡਰਸ਼ਿਪ ਦੇ ਵਿਚ, ਤੇ ਸਾਨੂੰ ਓਹਨੂੰ ਹਟਾਉਣਾ ਪੈ ਗਿਆ। ਮੇਰੇ ਉਹ ਅੱਜ ਵੀ ਬਹੁਤ ਕਲੋਜ ਨੇ, ਉਹਨਾਂ ਮੈਨੂੰ ਦੱਸਿਆ ਜ਼ਰੂਰ ਹੈ, ਲੇਕਿਨ ਇਹ ਮਸਲਾ ਜਿਹੜਾ ਹੈ 9 ਤੋਂ ਪਹਿਲਾਂ ਦਾ ਹੈ। ਠੀਕ ਹੈ, ਮੈਨੂੰ ਉਹਨਾਂ 9 ਨੂੰ ਦੱਸਿਆ ਹੋਇਆਗਾ, ਲੇਕਿਨ 9 ਤੋਂ ਪਹਿਲਾਂ ਦਾ ਮਸਲਾ ਹੈ, ਉਦੋਂ ਦਾ ਨਹੀਂ ਹੈਗਾ। 84 ਤੋਂ ਬਾਅਦ 9 ਤਾਂ ਬਹੁਤ ਦੂਰ ਆਉਂਦੀ ਹੈ। ਠੀਕ ਹੈ, ਕਿਉਂਕਿ ਜੇ ਗਵਰਨਮੈਂਟ ਨੇ ਮੋੜਤਾ ਹੈ ਤੇ ਉਸ ਤੋਂ ਪਹਿਲਾਂ ਹੁਣ ਪਰਟੀਕੁਲਰ ਜਿਹੜੇ ਗਵਰਨਮੈਂਟ ਨੇ ਸਬਮਿਟ ਕੀਤੇ ਨੇ ਉਹਦੇ ਵਿੱਚ ਸਾਰਾ ਲਿਖਿਆ ਰੈਫਰੈਂਸ ਮੇਰੇ ਖਿਆਲ ਦਿੱਤਾ ਉਹਨਾਂ ਸਾਰਿਆਂ ਦਾ, ਕਿਹਨੂੰ ਕਿਹਨੂੰ ਦਿੱਤਾ, ਡਿਲੀਵਰ ਕੀਤਾ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਮੈਨੂੰ ਤਾਂ ਸਿਰਫ ਅਖਬਾਰਾਂ ਦੇ ਬੰਡਲ ਵਿਖਾਏ ਗਏ ਸੀ। ਅੱਛਾ, ਵੀ ਆਹ ਅਖਬਾਰਾਂ ਦੇ ਬੰਡਲ ਆਏ ਨੇ ਸਾਡੇ ਕੋਲ। ਅੱਛਾ, ਤੁਹਾਡੀ ਨੌਲੇਜ ਚ ਕੋਈ ਜਾਣਕਾਰੀ ਹੈਗੀ ਆ ਕਿ ਕੋਈ ਸ਼ੱਕ ਨਹੀਂ ਤੁਹਾਡੀ ਜਾਣਕਾਰੀ ਦੱਸਿਆ ਕਿ ਸਮਾਨ ਵਿਕ ਗਿਆ? ਅੱਛਾ, ਹਾਂਜੀ, ਤੁਹਾਡੀ ਜਾਣਕਾਰੀ ਚ ਕੋਈ ਸਮਾਨ ਆਇਆ ਸੀਗਾ ਉਧਰੋਂ? ਕਿਉਂਕਿ ਉਹ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ, ਸਰਕਾਰ ਕਹਿ ਰਹੀ ਹੈ ਕਿ SGPC ਦੀ ਸਾਡੇ ਕੋਲ ਰਿਸੀਵਿੰਗ ਹੈਗੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੁਣ ਸਾਡਾ ਕੋਈ ਦਾਵਾ ਨਹੀਂ ਹੈਗਾ। ਤੁਹਾਨੂੰ ਪਤਾ ਲੱਗ ਜਾਏਗਾ ਉਸ ਗੱਲ ਤੋਂ ਕਦੋਂ ਰਿਸੀਵ ਹੋਇਆ। ਉਹ ਤਾਂ ਰਿਸੀਵ ਦੇਖੋ 84 ਦਾ ਮਾਮਲਾ ਹੈ ਤੇ 84 ਤੋਂ ਬਾਅਦ 2009 ਤੇ ਬਹੁਤ ਦੂਰ ਦੀ ਗੱਲ ਹੈ, 16 ਤੋਂ 25 ਸਾਲ ਦੀ ਗੱਲ ਹੈ। ਹਾਂਜੀ ਹਾਂਜੀ, ਉਹ ਤਾਂ ਬਹੁਤ ਪਹਿਲਾਂ ਦੀ ਗੱਲ ਹੈਗੀ ਹੈ ਤੇ ਮੇਰੇ ਤਾਂ 9 ਤੋਂ ਬਾਅਦ ਦੀਆਂ ਵੀ ਚਿੱਠੀ ਪੱਤਰ ਹੈਗੇ ਨੇ ਸਰਕਾਰ ਕੋਲ। ਸਰਕਾਰ ਕਿੱਦਾਂ ਕਹਿ ਰਹੀ ਹੈ ਕਿ ਸਾਡੇ ਕੋਲ SGPC ਦੀ ਰਿਸੀਵਿੰਗ ਹੈ? ਕੰਟੈਕਟ ਕੀਤਾ ਹੈ ਸਰਕਾਰ ਕਿੱਦਾਂ ਕਹਿ ਰਹੀ ਹੈ ਕਿ ਸਾਡੇ ਕੋਲ SGPC ਦੀ ਰਿਸੀਵਿੰਗ ਹੈ? ਮੈਂ ਕਹਿੰਦਾ ਜਦੋਂ ਲਿਆ ਤੇ ਉਦੋਂ ਹੋਣੀ ਹੈ ਨਾ ਜੀ, ਜਿਹੜੇ ਉਦੋਂ ਦੇ ਅਧਿਕਾਰੀ ਸੀ ਉਹ ਜ਼ਿੰਮੇਵਾਰ ਨੇ, ਉਹਨਾਂ ਦਾ ਪਤਾ ਕਰਨਾ ਚਾਹੀਦਾ ਨਾ। ਸਰਕਾਰ ਦੱਸੇ ਵੀ ਕਿਹੜੇ ਅਧਿਕਾਰੀ ਸੀ ਉਦੋਂ ਜਿਹਨਾਂ ਨੇ ਰਿਸੀਵ ਕੀਤਾ। ਸਰਕਾਰ ਵੱਲੋਂ ਜਵਾਬ ਆਉਂਦੇ ਰਹੇ ਹੈ ਕਿ ਅਸੀਂ ਸਮਾਨ ਦੇ ਚੁੱਕੇ ਹਾਂ। ਅੱਛਾ, ਸਰਕਾਰ ਨੇ ਕਿਹਾ ਕਿ ਸਮਾਨ ਦੇ ਚੁੱਕੇ? ਮੇਰੇ ਜਿਹੜੇ ਮੇਰੀ ਚਿੱਠੀਆਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਚ ਵੀ ਕਿਹਾ ਸੀ ਕਿ ਅਸੀਂ ਸਮਾਨ ਦੇ ਚੁੱਕੇ ਹਾਂ। ਠੀਕ ਹੈ, ਠੀਕ ਹੈ, ਤੁਸੀਂ ਮੰਨਦੇ ਹੋ ਕਿ ਸਮਾਨ ਵਾਪਸ ਆਇਆ? ਮੈਂ ਤਾਂ ਜੋ ਉਹਨਾਂ ਨੇ ਜਵਾਬ ਦਿੱਤਾ ਉਹਦੇ ਮੁਤਾਬਕ ਹੀ ਗੱਲ ਕਰ ਸਕਦਾ। ਠੀਕ ਹੈ, ਇੰਗਲੈਂਡ ਚ ਵਿਕ ਰਿਹਾ, ਮਹਾਰਾਜਾ ਰਣਜੀਤ ਸਿੰਘ ਦੀ ਕੁਛ ਪੇਂਟਿੰਗਾਂ ਸੀਗੀਆਂ ਉਹ ਕਈ ਪੈਸਿਆਂ ਦੀ ਅਮਰੀਕਾ ਚ ਵਿਕ ਰਹੀ ਹੈ, ਤੁਸੀਂ ਇਸ ਤੋਂ ਕੀ? ਦੇਖੋ ਇਹ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਹੀ ਰਹੀਆਂ ਨੇ। ਹਾਂਜੀ, ਇਹ ਤਾਂ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਇਹ ਵੀ ਵਜ਼ੀਰ ਪੜਤਾਲ ਹੋਣੀ ਚਾਹੀਦੀ ਹੈ, ਗਵਰਨਮੈਂਟ ਨੂੰ ਵੀ ਕਲੀਅਰ ਕਰਨਾ ਚਾਹੀਦਾ ਵੀ ਕਿੰਨੇ ਰਿਸੀਵ ਕੀਤਾ, ਕਿਹੜੇ ਸਾਲ ਚ ਰਿਸੀਵ ਕੀਤਾ। ਤੁਸੀਂ ਪ੍ਰਧਾਨ ਹੋਏ ਹੋ ਨਾ ਲੰਬਾ ਸਮਾਂ, ਤੁਹਾਡੇ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਆਇਆ? ਮੇਰੇ ਤੋਂ ਉਹ ਨਹੀਂ ਆਇਆ। ਓਕੇ, ਹਾਂ, ਨਾਲ ਮੇਰੇ ਤੋਂ ਇੰਨੀ ਵੱਡੀ ਗੱਲ ਹੁੰਦੀ ਜੇ ਮੇਰੇ ਤੋਂ ਉਹ ਜਾਂਦਾ ਤੇ ਕਮਾਲ ਦੀ ਗੱਲ ਹੈ, ਤਾਂ ਇੰਨੀ ਵੱਡੀ ਪ੍ਰਾਪਤੀ ਸੀਗੀ ਜਿਹਨੂੰ ਕੌਣ ਕਹਿ ਸਕਦਾ ਸੀਗਾ। ਬੱਕਰ ਸਾਹਿਬ, ਮਨਜੀਤ ਸਿੰਘ ਜੀ ਕੇ ਜਿਹੜੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਨੇ, ਅਕਾਲੀ ਦਲ ਦੇ ਵੀ ਸਾਬਕਾ ਉਹ ਲੀਡਰ ਰਹੇ ਨੇ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਮੈਂ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਚ 15 ਦਿਨਾਂ ਤੱਕ ਦਾ SGPC ਨੂੰ ਅਲਟੀਮੇਟਮ ਦੇ ਰਿਹਾ, ਉਸ ਤੋਂ ਬਾਅਦ ਮੈਂ SGPC ਦੇ ਪ੍ਰਧਾਨ ਦੇ ਖਿਲਾਫ਼ ਵੀ ਕੰਪਲੇਂਟ ਕਰਾਂਗਾ ਔਰ ਰਿਪੋਰਟ ਕਰਵਾਵਾਂਗਾ, FIR ਕਰਵਾਵਾਂਗਾ। ਕੀ ਤੁਹਾਨੂੰ ਨੀ ਲੱਗਦਾ ਕਿ ਇਹ ਕੰਪਲੇਂਟ ਦੇ ਵਿੱਚ ਉਹ ਤੁਹਾਨੂੰ ਵੀ ਦਾਅਵੇਦਾਰ ਬਣਾ ਸਕਦੇ ਨੇ, ਤੁਹਾਨੂੰ ਵੀ ਪਾਰਟੀ ਬਣਾ ਸਕਦੇ ਨੇ? ਜੇ ਮੇਰੀ ਗੱਲ ਸੁਣੋ, ਜੇ ਫੈਕਟਸ ਮੇਰੇ ਖਿਲਾਫ਼ ਜਾਣਗੇ ਤਾਂ ਮੈਨੂੰ ਬਣਾ ਸਕਦੇ ਨੇ। ਠੀਕ ਹੈ, ਵੈਸੇ ਕੰਪਲੇਂਟ ਜਿਹੜੀ ਹੁੰਦੀ ਹੈ ਨਾ ਜੀ, ਉਹ ਮੌਜੂਦਾ ਦੇ ਖਿਲਾਫ਼ ਹੁੰਦੀ ਹੈ। ਠੀਕ ਹੈ, ਕਿਉਂਕਿ ਇਸ ਵੇਲੇ ਮੌਜੂਦਾ ਪ੍ਰਧਾਨ ਸਰਦਾਰ ਜੀ ਹੈਗੇ ਨੇ ਆਪਣਾ ਲੌਂਗੋਵਾਲ ਸਾਹਿਬ, ਸਮਝ ਗਿਆ ਨਾ, ਔਰ ਮੈਂ ਸਮਝਦਾ ਕਿ ਇਹ ਉਦੋਂ ਦਾ ਇਸ ਵੇਲੇ ਵੀ ਨਹੀਂ ਹੋਇਆ, ਇਹ ਬਹੁਤ ਪਹਿਲਾਂ ਦੀ ਗੱਲ ਹੈਗੀ ਹੈ। ਠੀਕ ਹੈ, 13 ਤਰੀਕ ਨੂੰ ਇੱਕ ਮੀਟਿੰਗ ਕੀ ਕਰ ਰਹੀ ਹੈ SGPC, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਪੁਰਾਣੇ ਉਸ ਸਮੇਂ ਦੇ ਮੌਜੂਦ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਵੀ SGPC ਦੀ ਉਸ ਮੀਟਿੰਗ ਚ ਬੁਲਾਇਆ ਜਾ ਰਿਹਾ, ਕਿ ਤੁਹਾਨੂੰ ਵੀ ਐਸਾ ਕੋਈ ਅਫੀਸ਼ੀਅਲ ਸੱਦਾ ਆਇਆ ਉਸ ਮੀਟਿੰਗ ਚ ਪਹੁੰਚਣ ਦਾ? ਨਾ, ਮੈਨੂੰ ਨਹੀਂ ਆਇਆ ਜੀ। ਠੀਕ ਆ, ਤੁਸੀਂ ਇੱਕ ਵੱਡੇ, ਕਿਉਂਕਿ ਕਾਫੀ ਲੰਬੇ ਸਿਰ ਤੋਂ SGPC ਦੇ ਪ੍ਰਧਾਨ ਰਹੇ ਹੋ। ਆਓ, ਮੈਂ ਰਿਹਾ ਨਾ, ਮੇਰੀ ਸੁਰ ਨਹੀਂ ਮਿਲਦੀ ਨਾ। ਓਕੇ, ਠੀਕ ਹੈ। ਮਕਰ ਸਾਹਿਬ, ਕੋਈ ਅਕਾਲ ਚਰਨ ਰਾਹੀਂ ਆਪਣਾ ਕੋਈ ਸੁਨੇਹਾ ਤੁਸੀਂ ਦੇਣਾ ਚਾਹੋਗੇ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ? ਤੁਹਾਨੂੰ ਕੋਈ ਜਾਣਕਾਰੀ? ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਇਹ ਕਹਿਣਾ ਚਾਹਨਾ ਕਿ ਇਹਦੀ ਮਜੀਦ ਪੜਤਾਲ ਹੋਣੀ ਚਾਹੀਦੀ ਹੈ, ਹਾਈਐਸਟ ਲੈਵਲ ਤੇ ਹੋਣੀ ਚਾਹੀਦੀ ਹੈ। ਠੀਕ ਹੈ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਠੀਕ ਹੈ, ਇਹ ਕੋਈ ਖੇਲ ਨਹੀਂ ਹੈਗਾ,
ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੱਥ ਲਿਖਤ ਹੋਣ ਗੁਰੂ ਸਾਹਿਬ ਦੇ, ਤੇ ਉਹ ਚੱਕ ਕੇ ਕੋਈ ਵੇਚ ਦੇਵੇ ਤੇ ਕਰੋੜਾਂ ਰੁਪਏ ਬਣਾ ਲਵੇ, ਤੇ ਇਨਟੋਲਰੇਬਲ ਹੈ ਸਿੱਖ ਕੌਮ ਲਈ। ਬਰਦਾਸ਼ਤ ਹੈ। ਠੀਕ ਹੈ ਮਕਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਸੀਗੇ, ਸਾਡੇ ਸਾਨੂੰ ਜਾਣਕਾਰੀ ਸਾਂਝੀ ਕੀਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ ਸੋਹਣੇ ਹਾਲ ਸਾ